रेडियो पंजाब टुडे दे प्रोग्राम शमादान दे विच तुहाडा सारयां दा स्वागत। अज दिन है जी बुधवार ते तरीक है 23 अक्टूबर, समा शाम दे 6:30। तुसीं साडे नाल इस वक्त रेडियो पंजाब टुडे दे बठिंडा स्टूडियो तो जुड़े हुए। यह प्रोग्राम तुहाडे तक पहुंचदा कीता जी कोआप ट्रक एंड हैवी इक्विपमेंट रिपेयर वालों। स्पैशलाइज ने जी ट्रकों के ड्राइव फ्रेम, ड्राइव एक्सल, स्टेयरिंग एक्सल, डंप ट्रेलर बॉक्स नवी टैक्नीक दे नाल तकले वांगू सीधा करन दे। इस तो अलावा स्ट्रक्चर सेफ्टी भी करते हैं जी। दो लोकेशन से तुहानू सर्विसिज दे रहे हैं, 7405 किंबल स्ट्रीट मिसीसागा, तो दूजी लोकेशन आई 36 पायनियर ड्राइव एरन इंटीरियर 9056713647, तो दूजी लोकेशन है जी, दूजा नंबर है जी कुलदीप सिंह गरेवाल होरां दा 4162544599 दे उत्ते। हर तरह के अकाउंट्स दे विच दी हैल्प लैनी है, तुहाडे अकाउंट्स दे विच कोई बींग ट्रेड हो गया, कोई पंगा खड़ा हो गया, तां तुसीं उन्हूं सीधा कराउणा लेखे जोखे दा। तुहानूं पता कई बारी हिसाब किताब च रौला रप्पा पै जांदा, तां 253-520-88-86 दे उत्ते तुसीं कैंट वाशिंगटन दे समें तक लोकपाल सिंह सोहल ते मिंदर सिंह सोल होरां दे नाल गलबात करके तुसीं अपनी अपॉइंटमेंट बनाओ, बेचज कोके पंजाबी दे विच गलबात कर सकदे हो। वाशिंगटन फ्रेट सर्विस ओनर ऑपरेटर ते ड्राइवर हायर कर रही है जी, ते चंगे बोनस दे नाल कंपनी होर सहूलतां भी दिंदी है। लौंग हाल नहीं जाना चाहुंदे तां तुसीं जगदेव संधू होरां नूं 253-266-6924 जां गुरविंदर धालीवाल होरां दे नाल 206-354-4060 ते कॉल कर सकदे हो। मेरे नाल सरदार जसवीर सिंह पट्टी होरी जुड़ गए ने। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪਦੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਪੱਟੀ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ ਸਿੱਖ ਸਿਆਸਤ ਦੀ, ਸਿੱਖ ਰਹਿਤ ਮਰਿਆਦਾ ਦੀ, ਤੇ ਹੁਣ ਸਵਾਲ ਉੱਠਣ ਲੱਗੇ ਨੇ ਜਥੇਦਾਰਾਂ ਦੇ ਉੱਤੇ ਵੀ, ਕਹਿੰਦੇ ਸਿੱਖ ਰਹਿਤ ਮਰਿਆਦਾ ਲਾਗੂ ਹੁੰਦੀ ਹੈ, ਬੇਅਦਬੀ ਵੇਲੇ ਜਥੇਦਾਰ ਕਿੱਥੇ ਸਨ, ਇਹ ਕਿਹਨੇ ਕਿਹਾ ਹੈ, ਕਿਉਂ ਗੱਲ ਉੱਠੀ ਹੈ, ਕੀ ਜਥੇਦਾਰਾਂ ਨੇ ਉਦੋਂ ਬੇਅਦਬੀ ਵੇਲੇ ਕੀ ਬਣਦਾ ਰੋਲ ਅਦਾ ਨਹੀਂ ਕੀਤਾ? ਪਹਿਲੀ ਗੱਲ ਤੇ ਹੈ ਜੀ, ਇਹ ਬਿਲਕੁਲ ਦਰੁਸਤ ਗੱਲ ਆ ਵੀ ਜਿਹੜੀ ਰਹਿਤ ਮਰਿਆਦਾ ਵਾ ਹਰ ਵਿਅਕਤੀ ਤੇ ਲਾਗੂ ਹੁੰਦੀ ਹੈ। ਬਿਲਕੁਲ ਸਹੀ ਹੈ ਜੀ। ਸਾਡੀ ਇੱਕ ਪਰੰਪਰਾ ਰਹੀ ਹੈ ਵੀ ਜੇ ਕਿਤੇ ਜਥੇਦਾਰ ਗਲਤੀ ਕਰਦੇ ਆ ਨਾ, ਪੰਜੇ ਜਥੇਦਾਰ ਕੋਈ ਗਲਤ ਫੈਸਲਾ ਲੈਂਦੇ ਆ, ਤੇ ਉਹਨਾਂ ਨੂੰ ਤਲਬ ਕਰਨ ਵਾਸਤੇ ਸਾਡੇ ਕੋਲੇ 5 ਤਖਤਾਂ ਦੇ ਹੈੱਡ ਗ੍ਰੰਥੀ ਹੁੰਦੇ। ਸਾਡੀ ਮਰਿਆਦਾ ਕਹਿੰਦੀ ਹੈ ਜੀ, ਉਹ ਉਹਨਾਂ ਨੂੰ ਤਲਬ ਕਰਨ ਦਾ ਅਧਿਕਾਰ ਰੱਖਦੇ ਆ। ਠੀਕ ਹੈ ਜੀ। ਤੇ ਜਥੇਦਾਰ ਮਰਿਆਦਾ ਤੋਂ ਬਾਅਦ ਜਾ ਕੇ ਕੁਝ ਵੀ ਨਹੀਂ ਕਰ ਸਕਦੇ। ਠੀਕ ਹੈ ਜੀ। ਮਰਿਆਦਾ ਸਾਡੀ ਜਿਹੜੀ ਇੱਕ ਨਿਯਮ ਨੇ, ਉਹਨਾਂ ਦੇ ਵਿਵੇਕ ਚ ਜਥੇਦਾਰ ਨੂੰ ਕੰਮ ਕਰਨਾ ਪੈਂਦਾ ਕਰਨਾ ਪੈਂਦਾ ਵਾ। ਤੇ ਹੁਣ ਵਿਰਸਾ ਸਿੰਘ ਬਲਟੋਆ ਨੇ ਕਿਹਾ ਵੀ ਇਹ ਬਕਾਇਦਾ ਤੌਰ ਤੇ ਜਥੇਦਾਰ ਜਿਹੜੇ ਨੇ ਇਹ ਇਹਨਾਂ ਤੇ ਮਰਿਆਦਾ ਤੋਂ ਬਾਹਰ ਨਹੀਂ ਹੈਗੇ, ਇਹਨਾਂ ਤੇ ਮਰਿਆਦਾ ਲਾਗੂ ਹੁੰਦੀ, ਕੋਈ ਸ਼ੱਕ ਵਾਲੀ ਗੱਲ ਨੀ ਹੈਗੀ। ਜੀ ਜੀ। ਦੂਸਰੀ ਗੱਲ ਜਿਹੜੀ ਉਹ ਵਿਰਸਾ ਸਿੰਘ ਬਲਟੋਆ ਕਰਦੇ ਤੇ ਹੋਰ ਬਲਟੋਆ ਸਾਹਿਬ ਗੱਲ ਕਹਿੰਦੇ ਆ ਵੀ ਮੈਨੂੰ ਵੇਖੋ ਇਹਨਾਂ ਬਾਹਰ ਕੱਢਤਾ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿਹਨੇ ਅਧਿਕਾਰ ਦਿੱਤਾ ਨਾ, ਤੁਸੀਂ ਆਪਣੀ ਉਹ ਪ੍ਰਚਾਰ ਨਹੀਂ ਕਰ ਸਕਦੇ, ਤੁਸੀਂ ਜਾ ਨਹੀਂ ਸਕਦੇ, ਕੁਛ ਕਰ ਨਹੀਂ ਸਕਦੇ ਤੁਸੀਂ। ਜੀ ਠੀਕ ਹੈ ਨਾ। ਚਲੋ ਮੰਨ ਲਿਆ ਆਪਾਂ ਜੀ ਉਹਨਾਂ ਨੂੰ, ਮੰਨ ਲਿਆ ਆਪਾਂ ਉਹਨਾਂ ਦੀ ਗੱਲ ਠੀਕ ਹੈ ਜੀ, ਲੇਕਿਨ ਇਹ ਗੱਲ ਕਹਿਣੀ ਵੀ ਉਹਨਾਂ ਨੂੰ ਅਧਿਕਾਰ ਕੋਈ ਨੀ, ਇਹਨੀ ਗੱਲ ਕਹਿੰਦਾ ਸੁਖਬੀਰ ਸਿੰਘ ਬਾਦਲ ਤੇ ਅਧਿਕਾਰ ਹੈ ਉਹਨਾਂ ਨੂੰ, ਸਿਰਫ ਇਹ ਆ ਵੀ ਉਹਨਾਂ ਦੇ ਸਿਰਫ ਜਿਹੜੀ ਆ ਜਿਹੜੀ ਸਜ਼ਾ ਲਾਈ ਸੀ, ਤਨਖਾਹ ਲਾਈ ਸੀ, ਸਿਰਫ ਓਨਲੀ ਉਹਨਾਂ ਨੂੰ ਧਾਰਮਿਕ ਲਈ ਜਾ ਸਕਦੀ ਹੈ ਜੀ। ਪਰ ਇਹ ਗਲਤ ਆ, ਪਰ ਇਹ ਗਲਤ ਆ ਜੀ, ਕਿਉਂਕਿ ਕਾਲ ਤਖਤ ਹੈ ਹੀ ਸਾਡੀ ਰਾਜਸੀ ਸ਼ਕਤੀ ਦਾ ਪ੍ਰਤੀਕ ਆ। ਹਾਂ ਬਿਲਕੁਲ, ਉਹ ਤਾਂ ਰਾਜਨੀਤਿਕ ਸ਼ਕਤੀ ਪ੍ਰਦਾਨ ਕਰਦਾ ਜੀ। ਤੇ ਅਕਾਲ ਤਖਤ ਉੱਤੇ ਗੁਰਦੁਆਰਾ ਦੇ ਬਾਅਦ ਚ ਕਿਹਨੇ ਬਣਾਇਆ ਮੈਨੂੰ ਕੋਈ ਜਾਣਕਾਰੀ ਨੀ, ਤਖ਼ਤ ਸੀਗਾ, ਤਖ਼ਤ ਬਣਿਆ ਰਹਿਣ ਲੜ ਜੀ ਦਾ ਸੀ। ਹਾਂਜੀ ਬਿਲਕੁਲ ਬਿਲਕੁਲ। ਤੇ ਬਾਅਦ ਚ ਗੁਰਦੁਆਰਾ ਬਣਾਤਾ ਤੋਂ ਧਾਰਮਿਕ ਬਣ ਗਿਆ, ਧਾਰਮਿਕ ਧਰਮ ਬਣ ਗਿਆ, ਇਸ ਕਰਕੇ ਅਕਾਲ ਤਖ਼ਤ ਤੋਂ ਜਥੇਦਾਰ ਜਿਹੜਾ ਉਹ ਸਿਆਸੀ ਫੈਸਲੇ ਲੈਣ ਦੇ ਅਧਿਕਾਰ ਰੱਖਦੇ ਨੇ ਜੀ। ਦਾਨੇ ਵਾਲੀਆ ਸਾਹਿਬ ਜੀ, ਤੁਸੀਂ ਅੱਜ ਤੋਂ ਪਿੱਛੇ ਚੱਲ ਜਾਓ ਕਿ 80 ਤੋਂ ਪਹਿਲਾਂ ਦੀ ਗੱਲ ਜੀ, ਜਦੋਂ ਕਿਤੇ ਪ੍ਰਧਾਨ ਦੀ ਕੋਈ ਬਕਾਇਦਾ ਤੌਰ ਤੇ ਸ਼੍ਰੋਮਣੀ ਦੇ ਪ੍ਰਧਾਨ ਨਿਯੁਕਤ ਕਰਨਾ ਹੁੰਦਾ ਸੀ ਨਾ ਜੀ, ਤੇ ਬਕਾਇਦਾ ਤੌਰ ਤੇ ਜਿਹੜੀ ਆ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਲਿਖ ਕੇ ਦਿੰਦੀ ਸੀ ਜਥੇਦਾਰ ਨੂੰ ਜੀ, ਵੀ ਅਸੀਂ ਤੇ ਹਾਊਸ ਕਾਲ ਕਰਨਾ ਚਾਹੁੰਦੇ ਹਾਂ ਜਥੇਦਾਰ ਜੀ ਪ੍ਰਧਾਨ ਚੁਣਨਾ ਜੀ। ਤੇ ਅਕਾਲ ਤਖ਼ਤ ਤੋਂ ਚਿੱਠੀਆਂ ਜਾਂਦੀਆਂ ਸੀ ਡੈਲੀਗੇਟਸ ਨੂੰ ਜੀ, ਡੈਲੀਗੇਟ ਫਿਰ ਜਾਂਦੇ ਸੀ ਉੱਥੇ ਜਾ ਕੇ ਬਕਾਇਦਾ ਤੌਰ ਤੇ ਡੈਲੀਗੇਟ ਨੂੰ ਕਿਹਾ ਜਾਂਦਾ ਸੀ ਵੀ ਜੇ ਕਾਰਡ ਤੁਹਾਨੂੰ ਭੇਜਿਆ ਨਾਲ ਲੈ ਕੇ ਆਉਣਾ ਤੁਸੀਂ। ਠੀਕ ਹੈ ਜੀ।
ਜਥੇਦਾਰ ਦੀ ਹਾਜ਼ਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਜੀ ਕਾਇਦਾ ਤੌਰ ਤੇ ਉਦੋਂ ਉਹਦੀ ਜਿਹੜੀ ਸੀ ਚੋਣ ਹੁੰਦੀ ਸੀ ਪ੍ਰਧਾਨ ਦੀ। ਠੀਕ ਹੈ ਜੀ। ਇਹ ਕਈ ਦਿਨ ਤੁਹਾਨੂੰ ਅਧਿਕਾਰ ਕੋਈ ਨੀ ਹੈਗਾ ਜੀ। ਸਾਡੇ ਕੋਲ ਇੱਕ ਢਾਡੀ ਨੇ ਗੁਰਮੇਜ ਸਿੰਘ ਸ਼ੂਰਾ ਜੀ, ਉਹ 1960 ਤੋਂ ਅਕਾਲੀ ਦਲ ਸਰਗਰਮ ਤੇ ਕਾਫੀ ਵਿਰੁੱਧ ਨੇ ਜੀ। ਉਹ ਢਾਡੀ ਵੀ ਰਹੇ ਤੇ ਅਕਾਲੀ ਆਗੂ ਵੀ ਰਹੇ ਨੇ। ਠੀਕ ਹੈ ਜੀ। ਪਤਾ ਨੀ ਕਿੰਨੀਆਂ ਜੇਲਾਂ ਕੱਟੀਆਂ ਉਹਨਾਂ ਨੇ। ਠੀਕ ਹੈ। ਉਹਨਾਂ ਦੀ ਬਕਾਇਦਾ ਤੌਰ ਤੇ ਉਹਨਾਂ ਜਾਣਕਾਰੀ ਦਿੱਤੀ ਸੀ, ਜਾ ਕੇ ਜਿਸ ਦਿਨ ਦੱਸ ਕੇ ਸੀ ਵੀ ਤੁਹਾਡਾ ਅਧਿਕਾਰ ਕੀ ਹੈਗਾ। ਓਕੇ। ਉਹ ਆਪਣਾ ਕਾਰਡ ਜਿਹੜੇ ਆਏ ਸੀ ਉਹਨਾਂ ਨੂੰ ਕਿਤੇ ਅਕਾਲ ਤਖ਼ਤ ਤੋਂ ਵਿਖਾ ਕੇ ਆਏ ਸੀ ਵੀ ਆਹ ਕਾਰਡ ਤੁਹਾਨੂੰ ਹੋ ਰਹੇ ਹੁੰਦੇ ਸੀ, ਉਦੋਂ ਅਸੀਂ ਡੈਲੀਗੇਟ ਸੀਗੇ, ਤੁਸੀਂ ਤਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਨੀ। ਹੁਣ ਵੇਖੋ ਰਾਮ ਜਿੰਦਗੀ ਕਿੱਥੇ ਹੁੰਦੀ ਹੈ ਜੀ। ਜਥੇਦਾਰ ਆਪਣੇ ਪੀਏ ਨੂੰ ਕਹਿੰਦਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪੱਤਰ ਲਿਖੋ ਤੇ ਉਹਨਾਂ ਕੋਲ ਸੰਵਿਧਾਨ ਮੰਗਾਓ ਜੀ। ਇਹ ਕੀ ਗੱਲ ਹੋਈ? ਸ਼੍ਰੋਮਣੀ ਅਕਾਲੀ ਦਲ ਨੀ, ਮੈਂ ਬਾਦਲ ਅਕਾਲੀ ਦਲ ਕਹੂੰਗਾ। ਬਾਦਲ ਅਕਾਲੀ ਦਲ ਜਿਹੜਾ ਵਾ ਆਪਣਾ ਸੰਵਿਧਾਨ ਜਿਹੜਾ ਦਿੰਦਾ ਉਹ ਸਿਰਫ ਆਨੰਦਪੁਰ ਦਾ ਮਤਾ ਭੇਜ ਦਿੰਦਾ ਉਹਨਾਂ ਨੂੰ, ਜੋ 1977 ਚ ਹੋਇਆ ਸੀ। ਸੰਵਿਧਾਨ ਤੇ ਦਿੱਤਾ ਹੀ ਜਿੰਦਾ ਲਓ, ਮਤਲਬ ਇੱਥੋਂ ਤੱਕ ਤੁਸੀਂ ਆਪਣੇ ਆਪ ਨੂੰ ਜਥੇਦਾਰਾਂ ਨੂੰ ਸਮਝਦੇ ਵੀ ਨਿਕੰਮੇ ਹੈਗੇ, ਲੋਹੜੀ ਨੀ ਹੈਗੀ, ਕਰਿੰਦੇ ਗਏ ਸਾਡੇ ਜੀ। ਇਤਿਹਾਸ ਦੇ ਵਿੱਚ ਪਹਿਲੀ ਗੱਲ ਤੇ ਕਿਸੇ ਦੂਸਰੀ ਪਾਰਟੀ ਦੇ ਬੰਦੇ ਨੇ ਗਲਤੀ ਕੀਤੀ, ਜੇ ਕੀਤੀ ਹੈ ਤੇ ਉਸੇ ਵੇਲੇ ਆ ਕੇ ਮਾਫ਼ੀ ਮੰਗੀ ਉਹਨੇ ਅਕਾਲ ਤਖ਼ਤ ਜੀ, ਜਿਵੇਂ ਇੱਥੋਂ ਗਲਤੀ ਹੋਈ ਹੈ। ਸਿਰਫ ਜਥੇਦਾਰ ਦੀ ਜਿਹੜੀ ਆ ਉਹ ਦੁਰਵਰਤੋਂ ਕਰਨ ਦੀ ਇਹੀ ਕੋਸ਼ਿਸ਼ ਕਰਦੇ ਨੇ ਜਿਹੜੇ ਅਕਾਲੀ ਦਲ ਵਾਲੇ ਨੇ। ਠੀਕ ਹੈ ਜੀ। ਤੇ ਜੇ ਜਥੇਦਾਰਾਂ ਕੋਲ ਇਹ ਅਧਿਕਾਰ ਹੈਗਾ ਹਾਊਸ ਬੁਲਾਉਣ ਦਾ ਤੇ ਪ੍ਰਧਾਨਗੀ ਜਿਹੜੀ ਉਹ ਕਰਨ ਦਾ ਜਿਹਨੂੰ ਭਰਾ ਚੜ੍ਹ ਜਾਂਦਾ ਵਾ ਜੀ, ਤੇ ਫਿਰ ਜਥੇਦਾਰਾਂ ਕੋਲ ਇਹ ਅਧਿਕਾਰ ਕਿਉਂ ਨੀ ਵੀ ਉਹਦੇ ਖਿਲਾਫ਼ ਕਾਰਵਾਈ ਕਰ ਸਕਣ ਸਿਆਸੀ ਤੌਰ ਤੇ ਜੀ। ਦੂਸਰੀ ਗੱਲ ਜਿਹੜੀ ਇਹਨੇ ਕਹੀ ਹੈ ਬੇਅਦਬੀ ਤੌਰ ਤੇ, ਮੈਂ ਬਿਲਕੁਲ ਸਹਿਮਤ ਹਾਂ। ਹਾਂਜੀ। ਬੇਅਦਬੀ ਦੇ ਉੱਤੇ ਅੱਜ ਤੱਕ ਕੋਈ ਜਥੇਦਾਰ ਨਹੀਂ ਬੋਲਿਆ ਜੀ, ਜਾ ਕੇ ਉੱਥੇ ਧਰਨੇ ਵਿੱਚ ਸ਼ਾਮਲ ਨਹੀਂ ਹੋਇਆ ਜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਗੱਲ ਦੱਸਦਾ ਵਾਂ। 29 ਮਾਰਚ 2012 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਜਾਂਦਾ ਜੀ, ਤੁਹਾਡੇ ਨੋਟਿਸ ਚ ਆਓ। ਹਾਂਜੀ। ਜਦੋਂ 31 ਮਾਰਚ ਨੂੰ ਫਾਂਸੀ ਦਾ ਹੁਕਮ ਹੋਇਆ ਸੀ ਬੇਕਾਇਦਾ ਤੌਰ ਤੇ ਭਾਈ ਰਾਜੋਆਣਾ ਨੂੰ, ਹਾਂਜੀ, ਤੇ ਗੁਰਦਾਸਪੁਰ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੁੰਦੀ ਜਿਹਦਾ ਨਾਮ ਜਸਪਾਲ ਸਿੰਘ ਚੌੜਸਿੱਧਵਾ, ਚੌੜਸਿੱਧਵਾ ਪਿੰਡ ਸੀ ਉਹਦਾ ਜੀ। ਧਰਨਾ ਲੱਗਦਾ ਵਾ ਇਹਦੇ ਕਾਤਲ ਨੂੰ, ਫਿਰ ਪਤਾ ਕਰੋ ਕਾਤਲ ਕੌਣ ਨੇ ਜੀ, ਤੇ ਜਥੇਦਾਰ ਅਕਾਲ ਤਖ਼ਤ ਤੋਂ ਧਰਨੇ ਚ ਬਹਿ ਜਾਂਦਾ ਤੇ ਉਹਨੂੰ ਸੁਖਬੀਰ ਸਿੰਘ ਬਾਦਲ ਗੰਦੀਆਂ ਗਾਲਾਂ ਕੱਢਦਾ ਫੋਨ ਦੇ ਉੱਤੇ, ਦੱਸੋ। ਇਸ ਕਰਕੇ ਅਵੱਗਿਆ ਇਹੀ ਕਰਦੇ ਨੇ। ਅਵੱਗਿਆ ਤਾਂ ਸ਼ੁਰੂ ਤਾਂ ਇੱਥੋਂ ਹੀ ਹੋਈ ਹੈ, ਚੁੱਪ ਕਰਕੇ ਆਪਣਾ ਬੋਰੀ ਅਪਰੇਸ਼ਨ ਚੁੱਕ ਘਰ ਨੂੰ ਆ ਗਿਆ। ਜਦੋਂ ਗੱਲ ਇਹ ਹੁੰਦੀ ਹੈ ਨਾ, ਅਵੱਗਿਆ ਤਾਂ ਸ਼ੁਰੂ ਇਹੀ ਕੀਤੀ, ਫਿਰ ਇਹਨਾਂ ਨੂੰ ਹੁਣ ਭੁਗਤਣੀ ਪੈਣੀ ਹੈ। ਭੁਗਤਣੀ ਪੈਣੀ ਹੈ ਜੀ, ਬਿਲਕੁਲ ਭੁਗਤਣੀ ਪੈਣੀ, ਕੋਈ ਨਹੀਂ ਭੁਗਤਣੀ ਪੈਣੀ। ਹੁਣ ਕਹਿੰਦੇ ਆ ਵੀ ਜਦੋਂ ਹੁਣ ਪਾਵਰ ਦਿਖਾਤੀ ਤੇ ਹੁਣ ਚੀਕਾਂ ਨਿਕਲਦੀਆਂ, ਚੀਕਾਂ ਨਿਕਲਦੀਆਂ ਨੇ। ਹੁਣ ਇਹ ਵੇਖੋ ਕੱਲ ਜਾਂਦੇ ਨੇ ਜਥੇਦਾਰ ਕੋਲੇ ਜੀ, ਜਥੇਦਾਰ ਨੂੰ ਕਹਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਨੂੰ ਪੋਲੀਟੀਕਲ ਤੌਰ ਤੇ ਵਿਚਰਨ ਦੀ ਆਜ਼ਾਦ ਦਿੱਤੀ ਜਾਵੇ ਜੀ। ਕਹਿੰਦਾ ਜੀ ਵਿਚਾਰ ਲਾਂਗੇ। ਆ ਗਏ ਪਹਿਲੀ ਗੱਲ ਤੇ, ਮੈਂ ਇਹ ਗੱਲ ਕਹਾਂ, ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜੇ ਨਿਜ਼ਮ ਹੁੰਦੇ ਉਹ ਸਾਡੀ ਗਾਈਡੈਂਸ ਵਾਸਤੇ ਹੁੰਦੇ ਆ। ਹਾਂਜੀ। ਬਾਕੀ ਜਥੇਦਾਰ ਨੇ ਆਪਣੇ ਵਿਵੇਕ ਨਾਲ ਫੈਸਲਾ ਲੈਣਾ ਹੁੰਦਾ। ਹਾਂ ਬਿਲਕੁਲ ਜੀ। ਨਿਜ਼ਮ ਤੇ ਇਹ ਕਹਿੰਦਾ ਵੀ ਜਿਹੜਾ ਬੰਦਾ ਤਨਖਾਹੀਆ ਵਾ ਉਸ ਜਿਹੜਾ ਵਾ ਉਸ ਨਹੀਂ ਵਿਚ ਸਕਦਾ ਕਿਤੇ, ਉਹਨਾਂ ਰੋਟੀ ਬੜੀ ਸਾਨੂੰ ਨਹੀਂ ਰੱਖੀ ਜਾ ਸਕਦੀ ਜੀ। ਲੇਕਿਨ ਉਹ ਤਨਖਾਹੀ ਤੇ ਨਿਜ਼ਮ ਲਾਗੂ ਹੁੰਦਾ ਜਿਹੜਾ ਬਿਲਕੁਲ ਆਕੀ ਆ ਤੇ ਬਾਗੀ ਹੈ ਜੀ, ਜਿਹੜਾ ਅਕਾਲ ਤਖ਼ਤ ਨੂੰ ਸਮਰਪਿਤ ਹੋ ਗਿਆ ਤੇ ਉਹ ਤੁਹਾਡੇ ਕੋਲ ਦਰਖਾਸਤ ਦੇ ਸਕਦਾ, ਅਧਿਕਾਰ ਰੱਖਦਾ ਵੀ ਮੈਨੂੰ ਜੀ ਵਿਚਰਨ ਦੀ ਆਗਿਆ ਦਿੱਤੀ ਜਾਵੇ, ਮੈਂ ਤਾਂ ਸਮਰਪਿਤ ਹਾਂ ਜੀ, ਤੁਸੀਂ ਜਦੋਂ ਬੁਲਾਓਗੇ ਆ ਜਾਓਗੇ, ਜੋ ਤਨਖਾਹ ਲਓਗੇ ਭੁਗਤ ਲੂੰਗਾ ਜੀ। ਲੇਕਿਨ ਇੱਥੇ ਜਥੇਦਾਰਾਂ ਨੇ ਉਹਨਾਂ ਦੀ ਐਪਲੀਕੇਸ਼ਨ ਤੇ ਕੋਈ ਗੌਰ ਫਰਮਾਉਣ ਤੋਂ ਇੰਨ ਬਿੰਨ ਜੋ ਸਾਡੀ ਰਿਤ ਬਰਿਆਦਾ ਕਹਿੰਦੀ ਸੀਗੀ ਜੀ, ਅੱਜ ਜਥੇਦਾਰ ਨੇ ਇਹ ਗੱਲ ਕਹਿ ਦਿੱਤੀ ਵੀ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਆ ਉਹ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵਿਰਾਸੀ ਤੌਰ ਤੇ ਵਿਚਰਨ ਦੀ ਇਜਾਜ਼ਤ ਨਹੀਂ ਹੈ, ਆਗਿਆ ਨਹੀਂ ਦਿੱਤੀ ਜਾ ਸਕਦੀ ਜੀ। ਜੇ ਉਹਨੇ ਇੱਥੋਂ ਤੱਕ ਕਹਿਤਾ ਬਾਕੀ ਕੀ ਰਹਿ ਗਿਆ? ਨਾ ਦੱਸੋ, ਹੁਣ ਚੁੱਪ ਕਰ ਗਏ ਨੇ, ਕੀ ਕਰੀਏ? ਲੇਕਿਨ ਮੈਂ ਇਹ ਵੀ ਤੁਹਾਨੂੰ ਦੱਸਦਿਆਂ ਵੀ ਇਹਨਾਂ ਵੀ ਦੇਖੋ, ਇਹਨਾਂ ਵੀ ਸਖਤ ਨਾ ਹੋ ਕਿ ਬਾਗੀ ਹੋ ਜਾਏ ਕੋਈ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਜੀ। ਬਲਵਿੰਦਰ ਸਿੰਘ ਭੁੰਦੜ ਨੇ ਮੁਕਤਸਰ ਵਿਖੇ ਇੱਕ ਇਲੈਕਸ਼ਨ ਦੇ ਸਮਾਗਮ ਨੂੰ ਸੰਬੋਧਨ ਕਰਿਆ, ਕੀ ਕਿਹਾ ਸੀਗਾ ਜੀ,
ਬਾਦਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਕਰਦੇ ਕਹਿੰਦੇ ਸੀ ਬਾਦਸ਼ਾਹ ਦਰਵੇਸ਼ ਜੀ, ਕਿੰਨੀ ਬਵਾਲ ਖੜੀ ਹੋਈ ਸੀ, ਬੜਾ ਰੌਲਾ ਪਿਆ ਸੀਗਾ ਜੀ। ਤੇ ਆਖਿਰਕਾਰ ਭੁੰਦੜ ਸਾਹਿਬ ਨੂੰ ਜਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਕੇ ਪੇਸ਼ ਹੋਣਾ ਪਿਆ ਸੀ ਜੀ। ਪਹਿਲੀ ਗੱਲ ਤੇ ਇਹ ਆ ਵੀ ਮਰਿਆਦਾ ਇਹ ਕਹਿੰਦੀ ਆ ਵੀ ਜਦੋਂ ਤੁਸੀਂ ਤਖ਼ਤ ਤੇ ਕਿਸੇ ਗੁਨਾਹ ਦੇ ਪੇਸ਼ ਹੁੰਦੇ ਹੋ ਤੇ ਦਾੜਾ ਪ੍ਰਕਾਸ਼ ਕਰਕੇ ਪੇਸ਼ ਹੁੰਦੇ। ਬਿਲਕੁਲ ਜੀ, ਉਹਨਾਂ ਦਾੜਾ ਬੱਧਾ ਸੀਗਾ। ਦੂਸਰੀ ਚੀਜ਼, ਤੁਸੀਂ ਪੰਜ ਸਿੰਘ ਸਾਹਿਬ ਨੇ ਫੈਸਲਾ ਕੀਤਾ ਨੀ, ਕੱਲੇ ਜਿਸ ਦਿਨ ਪੇਸ਼ ਹੋਏ ਗਿਆਨੀ ਹਰਪ੍ਰੀਤ ਕੋਲੇ, ਉਹਨੇ ਤੁਹਾਨੂੰ ਤਨਖਾਹ ਲਾ ਦਿੱਤੀ ਜੀ। ਤੇ ਤੁਸੀਂ ਉੱਥੇ ਸ਼ਰਤ ਰੱਖਤੀ ਵੀ ਅੱਜ ਕੱਲ ਇਲੈਕਸ਼ਨ ਚੱਲਦੀ ਹੈ ਤੇ ਮੈਂ ਇਲੈਕਸ਼ਨ ਤੋਂ ਬਾਅਦ ਆਪਣੀ ਤਨਖਾਹ ਭੁਗਤੂਗਾ ਜੀ। ਉਹ ਕਹਿੰਦਾ ਠੀਕ ਹੈ ਕੋਈ ਗੱਲ ਨੀ ਜੀ। ਜੇ ਭੁੰਦੜ ਨੂੰ ਇਹ ਛੋੜ ਦਿੱਤੀ ਜਾ ਸਕਦੀ ਤੇ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਨੀ ਜੀ? ਮੈਂ ਇਸੇ ਕਰਕੇ ਤੁਹਾਨੂੰ ਕਿਹਾ ਵੀ ਇੱਥੇ ਇਹਨਾਂ ਆਪਣੇ ਜਿਸ ਦਿਨ ਦਾ ਵਿਵੇਕ ਹੋਣਾ ਚਾਹੀਦਾ ਜੀ, ਵੀ ਅੰਦਰੋਂ ਜੋ ਮਰਜ਼ੀ ਹੋਵੇ, ਸਾਨੂੰ ਪਤਾ ਅੰਦਰੋਂ ਜੋ ਹੋਵੇ ਨੇ ਜੀ, ਅੰਦਰੋਂ ਇਹਨਾਂ ਸੁਖਬੀਰ ਬਾਦਲ ਹੋਣ ਵਾਸਤੇ ਪੋਲੀਟੀਕਲ ਬੰਦਿਆਂ ਸੀ, ਕੱਲ ਤੱਕ ਕੋਈ ਸ਼ੈ ਨੀ ਹੈਗਾ ਜੀ, ਸਿਰਫ ਲੋਕਾਂ ਚ ਵਿਚਰਨਾ ਵਾ ਜੀ, ਅਕਾਲ ਤਖ਼ਤ ਸੁਪਰੀਮ ਆ ਜੀ। ਬਿਲਕੁਲ ਜੀ, ਹੁਣ ਇੱਥੇ ਵਿਵੇਕ ਕੰਮ ਕਰਨਾ ਚਾਹੀਦਾ ਉਹਨਾਂ ਦੀ, ਭਾਈ ਬੰਦਾ ਸਮਰਪਿਤ ਹੈ ਅਕਾਲ ਤਖ਼ਤ ਨੂੰ, ਉਹਨੇ ਆਪਣਾ ਖੇਮਾ ਚਾਚ ਨੇ ਲੈਟਰ ਵੀ ਦੇ ਦਿੱਤੀ ਆ, ਮਾਫ਼ੀ ਮੰਗੀ ਆ ਜੀ, ਬਾਕੀ ਕੰਮ ਜਿਸੇ ਤਰ੍ਹਾਂ ਨੇ ਕਰਨਾ, ਉਹ ਨਹੀਂ ਕੀਤਾ ਲੇਟ ਹੋ ਗਿਆ। ਉਹਦੇ ਤੇ ਪੰਜ ਤਖ਼ਤਾਂ ਦੇ ਜਿਸਦਰ ਬੈਠ ਕੇ ਕੋਈ ਨਾ ਕੋਈ ਫੈਸਲਾ ਲੈ ਸਕਦੇ ਸੀ, ਲੇਕਿਨ ਗਿਆਨੀ ਰਘਵੀਰ ਸਿੰਘ ਨੇ ਕਿਹਾ ਨੋ ਨੋ, ਅੱਛਾ ਜੀ, ਇਹ ਤੇ ਜੋ ਸਾਡੀ ਮਰਿਆਦਾ ਕਹਿੰਦੀ ਉਹੀ ਲਾਗੂ ਹੋਊ ਜੀ। ਤੇ ਬਾਕੀ ਜਿਹੜੀ ਗੱਲ ਬੇਅਦਬੀ ਦੀ ਗੱਲ ਕੀਤੀ, ਬਿਲਕੁਲ ਦੁਰਸਤ ਕੀਤੀ ਆ, ਵੀ ਬੇਅਦਬੀ ਦੇ ਵਿੱਚ ਅੱਜ ਤੱਕ ਨਾ ਸ਼੍ਰੋਮਣੀ ਕਮੇਟੀ ਦਾ ਜੀ ਰੋਲ ਪੀ ਰਿਹਾ ਵਾ, ਤੇ ਨਾ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਅਕਾਲ ਤਖ਼ਤ ਦੇ ਜਿਸਦਰ ਦਾ ਜਾਂ ਪੰਜ ਤਖ਼ਤ ਦਾ ਜਿਸਦਰ ਰਿਹਾ ਸੀਗਾ ਜੀ। ਜੀ, ਚਾਹੀਦਾ ਇਹ ਸੀ ਵੀ ਇਹ ਜਿਸ ਤਰੀਕੇ ਨਾਲ ਅਗਵਾਈ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਤੀ ਸੀ ਨਾ, ਉਦੋਂ ਹਾਂਜੀ ਗੋਬਿੰਦਾਂ ਦੇ ਖਿਲਾਫ਼ ਬਟਾਲੇ ਜਾ ਕੇ ਬੀਕੂ ਦਾ ਘਿਰਾਓ ਕੀਤਾ ਸੀਗਾ ਜੀ, ਇਹਨਾਂ ਨੂੰ ਅਗਵਾਈ ਕਰਨੀ ਸੀ ਸਗੋਂ ਇਹਦੇ ਵਿੱਚ, ਲੇਕਿਨ ਦੂਜੇ ਪਾਸੇ ਸਰਕਾਰ ਸੀ ਆਪਣੀ, ਸਰਕਾਰ ਦੇ ਖਿਲਾਫ਼ ਜਾਂਦੇ ਚਗਲੇ ਅਗਲੇ ਘਰ ਨੂੰ ਜਾਓ ਜੀ ਜੀ। ਇਸੇ ਕਰਕੇ ਵਿਧਾਨ ਬਣਾਉਣ ਦੀ ਗੱਲ ਕੀਤੀ ਜਾ ਰਹੀ, ਵਿਧਾਨ ਬਣਾਓ ਤਾਂ ਕਿ ਜਿਸਦਰ ਨੂੰ ਪਤਾ ਹੋਵੇ ਮੇਰੀ ਟੈਨਿਓਰ ਕਿੰਨੀ ਹੈਗੀ ਆ, ਚਾਰ ਸਾਲ ਆ, ਦੋ ਸਾਲ ਆ, ਪੰਜ ਸਾਲ ਕਿੰਨੀ ਹੈਗੀ। ਇਸ ਕਰਕੇ ਇਹ ਬਿਲਕੁਲ ਦੋਸ਼ੀ ਨੇ, ਜਿਸਦਰ ਵੀ ਦੋਸ਼ੀ ਨੇ ਜੀ, ਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਵੀ ਦੋਸ਼ੀ ਹੈ ਜੀ। ਇੱਕ ਸਿੰਘ ਲਾਈਵ ਹੋਇਆ ਅੱਜ ਪੰਥਕ ਜਥੇਬੰਦੀਆਂ ਚ, ਉਹ ਇਹ ਗੱਲ ਕਹਿੰਦਾ ਵੀ ਇਹ ਚਲੋ ਵਿਰਸਾ ਵਟੋਵੇ ਨੂੰ ਜੋ ਸਜ਼ਾ ਦਿੱਤੀ ਠੀਕ ਦਿੱਤੀ, ਜੋ ਸੁਖਬੀਰ ਸਿੰਘ ਬਾਦਲ ਦਿੱਤੀ ਠੀਕ ਦਿੱਤੀ, ਸੁਖਬੀਰ ਸਿੰਘ ਬਾਦਲ ਵਿਚਰ ਵੀ ਰਿਹਾ ਏਦਾਂ, ਸ਼੍ਰੋਮਣੀ ਜਿਹੜਾ ਜਥੇਦਾਰ ਦਮਦਮਾ ਸਾਹਿਬ ਨੇ ਜਥੇਦਾਰ ਨੇ ਗੱਲ ਨਹੀਂ ਕੀਤੀ, ਜਦੋਂ ਜਥੇਦਾਰ ਨੂੰ ਅਕਾਲ ਤਖ਼ਤ ਤੋਂ ਬਕਾਇਦਾ ਤੌਰ ਤੇ ਸੋਪਾ ਦੇ ਕੇ ਸਨਮਾਨਿਤ ਕਰਕੇ ਤਖ਼ਤ ਜਥੇਦਾਰ ਬਣਾਇਆ ਜਾਂਦਾ ਨਾ, ਉਦੋਂ ਉਹ ਆਪਾਂ ਸਭ ਸਮਰਪਿਤ ਕਰ ਦਿੰਦਾ ਕੌਮ ਨੂੰ, ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਕਰ ਦਿੰਦਾ ਵਾ, ਉਹਨੂੰ ਬਾਕੀ ਕਿਸੇ ਨੂੰ ਕੋਈ ਲੈਣਾ ਦੇਣਾ ਨੀ ਹੈਗਾ, ਉਹ ਅਗਵਾਈ ਵੀ ਕਰੇਗਾ ਤੇ ਜੇ ਕੁਰਬਾਨੀ ਕਰਨ ਦੀ ਲੋੜ ਤੇ ਕੁਰਬਾਨੀ ਵੀ ਕਰੇਗਾ, ਤੇ ਜਿਹੜਾ ਜਥੇਦਾਰ ਆਪ ਰੋ ਰਿਹਾ ਉੱਥੇ ਤੇ ਉਹ ਕਿਸੇ ਦਾ ਕੀ ਸੋਰੀ, ਉਹਦੀ ਬੜੀ ਨੁਕਤਾਚੀਨੀ ਕੀਤੀ, ਤੇ ਨਾਲ ਉਹਨੇ ਇਹ ਵੀ ਗੱਲ ਕਹੀ ਆ ਕਿ ਜਦੋਂ 328 ਸਰੂਪਾਂ ਦਾ ਅਸੀਂ ਹਿਸਾਬ ਲੈਣ ਗਏ ਸੀਗੇ ਤੇ ਸਾਡੀਆਂ ਦੁਮਾਲੇ ਵਾਲੀਆਂ ਬੀਬੀਆਂ ਦੇ ਦੁਮਾਲੇ ਲਾ ਦਿੱਤੇ ਗਏ ਸੀ, ਉਹਨਾਂ ਦੇ ਕੇਸ ਖਿਲਾਰ ਦਿੱਤੇ ਗਏ ਸੀਗੇ, ਬਾਹਾਂ ਪਿੱਛੇ ਬੰਦ ਕਾਨੂੰਨ ਚਪੇੜਾਂ ਮਾਰੀਆਂ ਗਈਆਂ ਸੀਗੀਆਂ, ਕੱਪੜੇ ਪਾਰੇ ਗਏ ਸੀਗੇ, ਸ਼੍ਰੋਮਣੀ ਕਮੇਟੀ ਗੁੰਡਿਆਂ ਨੇ ਬਕਾਇਦਾ ਤੌਰ ਤੇ ਕਈਆਂ ਦੇ ਦਸਤੇ ਮੰਗਵਾ ਕੇ ਕੁੱਟੇ ਸੀ ਸਾਨੂੰ, ਸਾਡੇ ਕਕਾਰ ਤੋੜ ਦਿੱਤੇ ਗਏ ਸੀਗੇ, ਤੇ ਇਹੀ ਜਥੇਦਾਰ ਕਹਿੰਦਾ ਸੀ ਇਹੋ ਜਿਹਾ ਇਹੋ ਸਲੂਕ ਹੋਣਾ ਚਾਹੀਦਾ, ਇਹ ਜਥੇਦਾਰ ਦੇ ਕੰਮ, ਅਸੀਂ ਤੇ ਸਿਰਫ ਆਪਣਾ ਕੋਈ ਨਿੱਜੀ ਕੰਮ ਨੀ ਲੈ ਕੇ ਗਏ ਸੀ, ਅਸੀਂ 328 ਸੂਤਰ ਦਾ ਮਾਮਲਾ ਲੈ ਕੇ ਗਏ ਸੀ ਅਕਾਲ ਤਖ਼ਤ ਦੇ ਉੱਤੇ, ਤੇ ਸਾਡੀ ਇਹ ਹਾਲਤ ਕੀਤੀ। ਉਹ ਕਹਿੰਦਾ ਮੇਰੇ ਦੋਵੇਂ ਗੁੱਟ ਤੋੜ ਦਿੱਤੇ ਸੀ, ਮੈਂ 2 ਮਹੀਨੇ ਆਪਣੇ ਗੁੱਟਾਂ ਦਾ ਕੋਈ ਖਾਣਾ ਵੀ ਨੀ ਖਾ ਸਕਿਆ ਮੈਂ। ਇਸ ਕਰਕੇ ਜਥੇਦਾਰਾਂ ਦੇ ਵਿਵੇਕ ਦੀ ਆਪਾਂ ਗੱਲ ਕਰਦੇ ਜ਼ਰੂਰ, ਲੇਕਿਨ ਜਥੇਦਾਰ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਕੀਤੀ ਉਹਦੀ ਵੀ ਨੁਕਤਾਚੀਨੀ ਹੋ ਰਹੀ, ਉਹਦੇ ਖਿਲਾਫ਼ ਹੋਇਆ ਵੀ ਗਲਤ ਆ, ਲੇਕਿਨ ਜੇ ਉਹਨੇ ਕੀਤਾ ਉਹ ਵੀ ਸਹੀ ਨਹੀਂ ਕੀਤਾ, ਉਹਦੀ ਵੀ ਨੁਕਤਾਚੀਨੀ ਹੋ ਰਹੀ ਆ। ਇਸ ਕਰਕੇ ਜਿਹੜੀ ਗੱਲ ਵਿਰਸਾ ਸਿੰਘ ਵਲਟੋਆ ਨੇ ਕਹੀ ਆ ਬਿਲਕੁਲ ਸਹੀ ਗੱਲ ਆ, ਜੇ ਜਥੇਦਾਰ ਕੋਈ ਗਲਤੀ ਕਰਦੇ ਆ ਤੇ ਉਹਨਾਂ ਤੇ ਸਿੱਖ ਰਹਿਤ ਮਰਿਆਦਾ ਪੂਰਨ ਤਰ੍ਹਾਂ ਲਾਗੂ ਹੋਵੇਗੀ ਜੀ।
ਜੀ ਦੰਦੇਵਾਲੀ ਸਾਹਿਬ ਹੁਣ ਸੁਖਬੀਰ ਬਾਦਲ ਵਾਲਾ ਮਸਲਾ ਹੈ ਇਹ ਕਿੰਨਾ ਕੁ ਲੰਮਾ ਅੱਗੇ ਪੈ ਗਿਆ ਜੀ ਫਿਰ ਵੇਖੋ ਸੁਖਬੀਰ ਸਿੰਘ ਬਾਦਲ ਵਾਲਾ ਮਸਲਾ ਕਾਫੀ ਲੰਮਾ ਪੈ ਜਾਏਗਾ ਜੀ ਜਥੇਦਾਰ ਸਾਹਿਬ ਨੇ ਕਹਿਤਾ ਵੀ ਬੰਦੀ ਛੋੜ ਦਿਵਸ ਭਾਵ ਦਿਵਾਲੀ ਤੋਂ ਪਿੱਛੋਂ ਦੇ ਤੇ ਅਸੀਂ ਪਹਿਲਾਂ ਤੇ ਮੀਟਿੰਗ ਕਰਾਂਗੇ ਆਪਣੀ ਜੀ ਫਿਰ ਵਿਦਵਾਨਾਂ ਨੂੰ ਬੁਲਾਵਾਂਗੇ ਬੁੱਧੀਜੀਵੀ ਬੁਲਾਵਾਂਗੇ ਸਾਰਿਆਂ ਨਾਲ ਮਿਲ ਕੇ ਫੈਸਲਾ ਕਰਾਂਗੇ ਅਸੀਂ ਵੀ ਕੀ ਕਰਨਾ ਬਿਲਕੁਲ ਵਧੀਆ ਕੀਤਾ ਉਹਨਾਂ ਨੇ ਜੀ ਕਿਉਂ ਗਿਆਨੀ ਜੋਗਿੰਦਰ ਸਿੰਘ ਵਿਦਾਰਤੀ ਦੇ ਟਾਈਮ ਤੇ 21 ਮੈਂਬਰੀ ਬੁੱਧੀਜੀਵੀਆਂ ਦੀ ਇੱਕ ਕਮੇਟੀ ਸਲਾਹ ਕਮੇਟੀ ਬਣੀ ਹੁੰਦੀ ਸੀ ਜੀ ਉਹ ਸਲਾਹ ਲੈਂਦੇ ਸੀ ਕੋਈ ਫੈਸਲਾ ਕਰਨ ਤੋਂ ਪਹਿਲਾਂ ਜੀ ਜਿਹੜਾ ਨਾਨਕ ਸ਼ਾਹੀ ਕੈਲੰਡਰ ਬਣਿਆ ਸੀ ਉਹਦੇ ਤੇ 2 ਸਾਲ ਬਕਾਇਦਾ ਤੌਰ ਤੇ ਉਸ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਜੀ ਸਭ ਤੋਂ ਵੱਡੀ ਗੱਲ ਇਹ ਸੀ ਵੀ 80 ਸਾਲ ਦੀ ਉਮਰ ਵਿੱਚ ਜਿਹੜੇ ਉਹ ਕੈਲੰਡਰ ਬੁਲਾਉਣ ਵਾਲੇ ਸੀ ਪਾਲ ਸਿੰਘ ਪੁਰੇਵਾਲ ਜੀ ਉਹ ਕੈਨੇਡਾ ਤੋਂ ਕਿਸੇ ਤਰੀਕੇ ਨਾਲ ਪੁੱਜਦੇ ਰਹੇ ਵਿਚਾਰੇ ਇੰਨੀ ਉਮਰ ਦੇ ਵਿੱਚ ਵੀ ਆ ਕੇ ਮੀਟਿੰਗਾਂ ਅਟੈਂਡ ਕਰਦੇ ਰਹੇ ਜੀ ਤੇ ਫਿਰ ਉਹ ਕੈਲੰਡਰ ਲਾਗੂ ਹੋਇਆ ਸੀਗਾ ਜੀ ਇਸ ਕਰਕੇ ਜੇ ਜਸਵਿੰਦਰ ਸਾਹਿਬ ਕਹਿੰਦੇ ਵੀ ਬੁੱਧੀਜੀਵੀ ਨੇ ਬੋਰਡ ਬਣਾ ਕੇ ਅਸੀਂ ਉਹਨਾਂ ਗੱਲਬਾਤ ਕਰਨ ਤੋਂ ਬਾਅਦ ਫੈਸਲਾ ਲਵਾਂਗੇ ਤੇ ਫਿਰ ਟਾਈਮ ਲੱਗੇਗਾ ਇਹਨੂੰ ਹਾਂਜੀ ਘੱਟੋ ਘੱਟ ਮੇਰੇ ਖਿਆਲ ਵੀ ਇਸ ਸਾਲ ਦੇ ਵਿੱਚ ਇਹਦੇ ਲਾਸਟ ਤੇ ਭਾਵੇਂ ਹੋਵੇ ਪਹਿਲਾਂ ਨਹੀਂ ਹੁੰਦਾ ਮਾਮਲਾ ਤੇ ਜਿਹੜਾ ਵਿਰਸਾ ਸਿੰਘ ਬਲਟੋਹੇ ਨੇ ਕਿਹਾ ਕਿ ਸੁਖਬੀਰ ਤਾਂ ਸਾਡਾ ਜਰਨੈਲ ਆ ਜੀ ਤਾਂ ਥਾਪੀ ਨਾਲ ਮਾਰ ਕੇ ਥਾਪੀ ਕਹਿੰਦਾ ਚੋਣ ਲੜਾਂਗੇ ਫਿਰ ਉਹਦਾ ਕੀ ਬਣੂਗਾ ਜੀ ਵੇਖੋ ਜਦੋਂ ਉਹਨੂੰ ਆਪਾਂ ਖਾਰਜੀ ਕਰਤਾ ਅਕਾਲੀ ਦਲ ਤੋਂ ਜਵਾਬ ਦਾ ਅਕਾਲੀ ਦਲ ਦੇਵੇ ਹਾਂ ਹੁਣ ਜਿਹੜਾ ਤਾਂ ਕੋਈ ਬੰਦਾ ਨਹੀਂ ਫਿਰ ਉਹ ਜਰਨੈਲੀ ਗੱਲ ਤਾਂ ਉਹਦੀ ਹਾਸੀ ਆਉਂਦੀ ਆ ਵੀ ਉਹ ਜਰਨੈਲੀ ਕਾਹਦੀ ਮੰਨੀ ਜਾਂਦਾ ਜਦੋਂ ਤੂੰ ਅਸਤੀਫਾ ਹੀ ਦੇਤਾ ਇਹਦਾ ਮਤਲਬ ਕਾਗਜ਼ੀ ਅਸਤੀਫਾ ਅੰਦਰੋਂ ਗੱਲ ਸਾਰੀ ਇੱਕ ਹੈ ਬਿਲਕੁਲ ਕਾਗਜ਼ੀ ਅਸਤੀਫਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਾਂਜੀ ਬਿਲਕੁਲ ਹੈਗੇ ਨੇ ਅੱਜ ਉਹਨਾਂ ਦਾ ਬਕਾਇਦਾ ਤੌਰ ਤੇ ਬਿਆਨ ਆਇਆ ਵੀ ਬਾਦਲ ਦਲ ਦੀ ਕੋਰ ਕਮੇਟੀ ਨੂੰ ਤੇ ਉਹਦੇ ਕੰਮ ਚਲਾਊ ਪ੍ਰਧਾਨ ਜੀ ਇਹ 3 ਪ੍ਰਕਾਰ ਦੇ ਪ੍ਰਧਾਨ ਹੁੰਦੇ ਜੀ ਇੱਕ ਤੇ ਪ੍ਰਧਾਨ ਜਿਹੜਾ ਪ੍ਰਧਾਨ ਹੁੰਦਾ ਜੀ ਦੂਜਾ ਐਕਟਿੰਗ ਪ੍ਰਧਾਨ ਹੁੰਦਾ ਐਕਟਿੰਗ ਪ੍ਰਧਾਨ ਉਦੋਂ ਲਾਇਆ ਜਾਂਦਾ ਜਿਹੜਾ ਜਦੋਂ ਪ੍ਰਧਾਨ ਬਕਾਇਦਾ ਤੌਰ ਤੇ ਵਿਦੇਸ਼ ਗਿਆ ਹੋਵੇ ਜਾਂ ਆਪਣੀ ਪ੍ਰਧਾਨਗੀ ਛੱਡ ਗਿਆ ਹੋਵੇ ਜਾਂ ਬਿਮਾਰ ਹੋਵੇ ਜੀ ਜਿਹੜਾ ਵਰਕਿੰਗ ਪ੍ਰਧਾਨ ਉਦੋਂ ਜਦੋਂ ਪ੍ਰਧਾਨ ਆਪਣੀ ਜ਼ਿੰਮੇਵਾਰੀ ਨੂੰ ਸੌਂਪਦਾ ਉਹ ਕੰਮ ਚਲਾਊ ਪ੍ਰਧਾਨ ਹੁੰਦਾ ਜੀ ਬਲਵਿੰਦਰ ਸਿੰਘ ਭੂੰਦੜ ਇਸ ਵੇਲੇ ਕੰਮ ਚਲਾਊ ਪ੍ਰਧਾਨ ਨੇ ਉਹਨਾਂ ਕਿਹਾ ਵੀ ਜਿਹੜਾ ਵਰਕਿੰਗ ਪ੍ਰਧਾਨ ਤੇ ਕੋਰ ਕਮੇਟੀ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਵਿਰਸਾ ਸਿੰਘ ਬਲਟੋਹਾ ਨੂੰ ਅਕਾਲ ਤਖ਼ਤ ਦੇ ਆਦੇਸ਼ਾਂ ਅਨੁਸਾਰ 10 ਸਾਲ ਲਈ ਕੱਢਿਆ ਗਿਆ ਜੀ ਸਗੋਂ ਉਹਦਾ ਅਸਤੀਫਾ ਪ੍ਰਵਾਨ ਕੀਤਾ ਵਾ ਤੇ ਮੈਂ ਇਹ ਵੀ ਦੱਸਦਿਆਂ ਵੀ ਭੂੰਦੜ ਸਾਹਿਬ ਇੱਕ ਤੋਂ ਨਾਰਾਜ਼ ਨੇ ਖਫਾ ਨੇ ਇਸ ਗੱਲ ਤੋਂ ਵੀ ਤੁਸੀਂ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਿਆ ਜੀ ਹੁਣ ਉਹਨੇ ਕਿਹਾ ਵੀ ਇਹਨਾਂ ਸਾਰਿਆਂ ਨੂੰ ਅਕਾਲ ਤਖ਼ਤ ਦੇ ਤਲਬ ਕਰੋ ਜੀ ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਅਕਾਲ ਤਖ਼ਤ ਦਾ ਬਣਦਾ ਵਾ ਪੁੱਛਣ ਵੀ ਦੱਸੋ ਕਿੱਥੇ ਮੰਨਿਆ ਤੁਸੀਂ ਜੀ ਡਾਕਟਰ ਦਲਜੀਤ ਸਿੰਘ ਚੀਮਾ ਜਿਹੜਾ ਉਹ ਬੋਲਦਾ ਅੱਜਕੱਲ ਠਾਠ ਰਾ ਕੇ ਪਤਾ ਨੀ ਕੀ ਗੱਲ ਆ ਜੀ ਕਹਿੰਦਾ ਜੀ ਉਹਦਾ ਅਸਤੀਫਾ ਪ੍ਰਵਾਨ ਕਰ ਇੱਦਾਂ ਬੋਲਦਾ ਜਿਵੇਂ ਇਸ ਕਰਕੇ ਉਹਨਾਂ ਨੇ ਕਿਹਾ ਉਹਨੇ ਮੰਗ ਕੀਤੀ ਬਕਾਇਦਾ ਤੌਰ ਤੇ ਵੀ ਇਹਨਾਂ ਅਕਾਲ ਤਖ਼ਤ ਦਾ ਜਿਹੜੀ ਹੁਕਮ ਦੀ ਉਲੰਘਣਾ ਕੀਤੀ ਗਦਾਰੀ ਕੀਤੀ ਬਕਾਇਦਾ ਤੌਰ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਅਕਾਲ ਤਖ਼ਤ ਤੇ ਤਲਬ ਕੀਤਾ ਜਾਵੇ ਤੇ ਮੈਂ ਉਹਨਾਂ ਸਹਿਮਤ ਹਾਂ ਵੀ ਹਰਮੀਤ ਸਿੰਘ ਕਾਲਕਾ ਦੀ ਮੰਗ ਬਿਲਕੁਲ ਜਾਇਜ਼ ਆ ਵੇਖੋ ਹਰਮੀਤ ਸਿੰਘ ਕਾਲਕਾ ਤੇ ਦੋਸ਼ ਲੱਗਦੇ ਵੀ ਭਾਜਪਾ ਦਾ ਬੰਦਾ ਠੀਕ ਆ ਲੇਕਿਨ ਕਦੀ ਵੀ ਉਹਨੇ ਇੰਨੀ ਗੱਲ ਕਹੀ ਵੀ ਮੈਂ ਅਕਾਲ ਤਖ਼ਤ ਦਾ ਜੋ ਖਮ ਉਹਨੂੰ ਪ੍ਰਵਾਨ ਕਰੂੰਗਾ ਹਮੇਸ਼ਾ ਪ੍ਰਵਾਨ ਕੀਤਾ ਇਹੀ ਜਿਹੜੇ ਇਹੀ ਨਾ ਜਿਹੜੇ ਕਹਿੰਦੇ ਅਸੀਂ ਅਕਾਲ ਤਖ਼ਤ ਦਾ ਜਹਿਦਰ ਹੀ ਲਾਉਂਦੇ ਹਾਂ ਸਾਡੇ ਕਿਵੇਂ ਬੋਲ ਜੂਗੇ ਗੜਬੜ ਵੀ ਇਹੀ ਕਰਦੇ ਜੀ ਜੀ ਤੇ ਹੁਣ ਆਪਾਂ ਗੱਲ ਕਰੀਏ ਜੀ ਤਾਂ ਕਹਿੰਦੇ ਡੇਰੇ ਵਾਲੇ ਕਹਿੰਦੇ ਵੀ ਨਿਰਪੱਖ ਜਾਂਚ ਕਰਾਓ ਵੇਖੋ ਜਿਹੜਾ ਉਹਨਾਂ ਦਾ ਪ੍ਰੈਸਟ ਜਾਰੀ ਹੋਇਆ ਬਕਾਇਦਾ ਤੌਰ ਤੇ ਉਹਦੇ ਮੁਤਾਬਕ ਜੀ ਉਹਨਾਂ ਦਾ ਜਤਿੰਦਰ ਸਿੰਘ ਦੀ ਬੁਲਾਰਾ ਦਾ ਉਹ ਇਹ ਗੱਲ ਕਹਿੰਦਾ ਵੀ ਜਿਹੜਾ ਇਹ ਕਿਹਾ ਜਾ ਰਿਹਾ ਨਾ ਵੀ ਸਾਡੇ ਗੁਰੂ ਜੀ ਮਹਾਰਾਜ ਜੀ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਉਹਨੇ ਡਾਕਟਰ ਲਿਖਿਆ ਉਹਨੂੰ ਅੱਛਾ ਡਾਕਟਰ ਓਕੇ ਹਾਂਜੀ ਹਾਂਜੀ ਉਹਨੇ ਲਿਖਿਆ ਵੀ ਡਾਕਟਰ ਗੁਰਮੀਤ ਰਾਮ ਸਿੰਘ ਇੰਸਾ ਜੀ ਤੇ ਲਗਾਏ ਗਏ ਜਿਹੜੇ ਬੇਅਦਬੀ ਦੇ ਸਾਰੇ ਦੋਸ਼ ਉਹ ਬੇਬੁਨਿਆਦ ਜੀ ਉਹ ਤਾਂ ਹਰ ਧਰਮ ਦਾ ਸਤਿਕਾਰ ਕਰਦੇ ਨੇ ਜੀ ਤੇ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ
ਤੇ ਡੇਰਾ ਮੁਖੀ ਨੂੰ ਝੂਠੇ ਕੇਸ ਵਿੱਚ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਜੀ। ਉਹਨੇ ਕਿਹਾ ਦੀਦੀ ਡੇਰਾ ਜਿਹੜਾ ਵਾ ਪੂਰੀ ਤਰ੍ਹਾਂ ਨਿੰਦਾ ਕਰਦਾ ਵਾ। ਠੀਕ ਆ ਜੀ। ਕਹਿੰਦਾ ਬੇਅਦਬੀ ਤੇ ਦੂਰ ਦੀ ਗੱਲ, ਇਹਦੇ ਬਾਰੇ ਸੋਚਿਆ ਵੀ ਨੀ ਜਾ ਸਕਦਾ। ਅੱਛਾ ਜੀ। ਕਹਿੰਦਾ ਗੁਰੂ ਸਾਹਿਬ ਗੁਰਮੀਤ ਰਾਮ, ਡਾਕਟਰ ਗੁਰਮੀਤ ਸਿੰਘ ਰਾਮ ਰਹੀਮ ਜਿਹੜੇ ਨੇ ਜੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਜੀ, ਤੋ ਉਹਦੇ ਅੰਦਰ ਦੀ ਬੇਅਦਬੀ ਕਿਵੇਂ ਕਰ ਸਕਦੇ ਨੇ। ਅੱਛਾ ਜੀ। ਇਸ ਕਰਕੇ ਸਾਡੇ ਤੇ ਝੂਠੇ ਦੋਸ਼ ਲਾਏ ਜਾ ਰਹੇ ਆ ਜੀ, ਤੇ ਨੌ ਸਾਲਾਂ ਬਾਅਦ ਇਹ ਕੇਸ ਜਾਣਬੁੱਝ ਕੇ ਖੋਲੇ ਗਿਆ, ਤੇ ਸਾਡੀ ਇਹ ਮੰਗ ਆ ਬਕਾਇਦਾ ਤੌਰ ਤੇ ਇਹਦੀ ਨਿਰਪੱਖ ਜਾਂਚ ਕਰਾਈ ਜਾਵੇ ਜੀ, ਕੋਈ ਨਿਰਪੱਖ ਜਾਂਚ ਏਜੰਸੀ ਦੀ ਜਾਂਚ ਕਰੇ। ਪਰ ਜਿਹੜੇ ਪਹਿਲਾਂ ਇਹਨਾਂ ਦੇ ਆਪਦੇ ਬੰਦੇ ਹੀ ਬਿਆਨ ਦੇ ਗਏ ਵੀ ਸਲਾਹ ਮਸ਼ਵਰਾ ਜਿਹਦੇ ਵਿੱਚ ਨਾ ਆਏ ਨੇ ਹੋ ਰਹੇ, ਉਹ ਫਿਰ ਕੀ ਬਣੇ ਉਹਨਾਂ ਦਾ ਪੁੱਛਣ ਵਾਲੀ ਗੱਲ। ਆ ਬਿਲਕੁਲ, ਉਹ ਤੇ ਵੇਖੋ ਜਦੋਂ ਇਨਵੈਸਟੀਗੇਸ਼ਨ ਹੋਏਗੀ ਸਭ ਕੁਝ ਸਾਹਮਣੇ ਆਏਗਾ। ਹਾਂ, ਇਹਨਾਂ ਨੂੰ ਸਿਰਫ ਖਤਰਾ ਇਹ ਆ ਵੀ ਹੁਣ ਗ੍ਰਾਮ ਰਹੀਮ ਨੂੰ ਜਿਸ ਤਰੀਕੇ ਨੇ ਵੇਖੋ, ਪੰਜਾਬ ਸਰਕਾਰ ਦੀਆਂ ਦੋ ਪ੍ਰਾਪਤੀਆਂ ਤੇ ਮੰਨਾਂਗੇ ਅਸੀਂ, ਜਦੋਂ ਅਜਿਹੀ ਜੇ ਆਲੋਚਨਾ ਕਰਦੇ ਤੇ ਪ੍ਰਾਪਤੀਆਂ ਮੰਨਾਂਗੇ ਜੀ। ਪਹਿਲੀ ਪ੍ਰਾਪਤੀ ਉਹ ਆ ਵੀ ਉਹਨਾਂ ਨੇ ਆਪਣਾ ਕੇਸ ਜਿਹੜਾ ਵੀ ਨਿਰਧੜਕ ਹੋ ਕੇ ਲੜਿਆ ਜੀ ਸੁਪਰੀਮ ਕੋਰਟ ਚ, ਤੇ ਉੱਥੋਂ ਜਿਹੜੀ ਰੋਕ ਲੱਗੀ ਸੀ ਉਹ ਖਾਰਜ ਕਰੀ ਲਈ, ਹਾਈਕੋਰਟ ਨੇ ਰੋਕ ਲਾਈ ਸੀ ਜੀ। ਦੂਜੀ ਗੱਲ ਉਹਨਾਂ ਕੀ ਕੀਤੀ ਆ ਜੀ, ਦੂਜੀ ਗੱਲ ਪੰਜਾਬ ਸਰਕਾਰ ਦੇ ਕੋਲੇ ਪਿਛਲੇ 3 ਸਾਲਾਂ ਤੋਂ ਫਾਈਲ ਟੇਬਲ ਤੇ ਪਈ ਸੀ ਜੀ, ਤੇ ਇਹਦੇ ਖਿਲਾਫ ਕੇਸ ਲਾਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਸੀ। ਠੀਕ ਹੈ ਜੀ। ਹੁਣ ਉੱਥੋਂ ਵੀ ਰੋਕ ਹਟ ਗਈ ਤੇ ਪੰਜਾਬ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਜੀ। ਹੁਣ ਇਹਨਾਂ ਨੂੰ ਇਸ ਗੱਲ ਦਾ ਪਤਾ ਵਾ, ਡੇਰਾ ਵਾਲਿਆਂ ਨੂੰ ਵੀ ਗੁਰਮੀਤ ਰਹਾਮ ਰਾਮ ਰਹੀਮ ਦੀ ਜਿਹੜੀ ਆ ਉਹ ਫਿਜੀਕਲ ਤੌਰ ਤੇ ਪੁੱਛ ਪੜਤਾਲ ਉਹਦੀ ਪ੍ਰੋਡਕਸ਼ਨ ਵਿੱਚ ਜਾ ਕੇ ਉਹਨੂੰ ਫਰੀਦਕੋਟ ਦੇ ਸੀਏ ਸਟਾਫ ਨੂੰ ਲਿਜਾਇਆ ਜਾ ਸਕਦਾ ਵਾ ਜੀ। ਅੱਜ ਤੱਕ ਕਿਸੇ ਥਾਣੇ ਨਹੀਂ ਗਿਆ, ਕੋਰਟਾਂ ਚ ਗਿਆ ਵਾ ਜੀ, ਜੇ ਥਾਣੇ ਗਿਆ ਜਾ ਕੇ ਤੇ ਵਾਪਸ ਆ ਗਿਆ ਬੈਂਕਰ ਬੰਦ ਕਰਾ ਕੇ। ਇਹ ਪਹਿਲੀ ਵਾਰੀ ਹੋਊਗਾ ਜਿਹੜੀ ਉਹਦੀ ਹਰਾਸਤ ਦੀ ਪੁੱਛ ਪੜਤਾਲ ਹੋਊ, ਜਿਹਦੇ ਕਰਕੇ ਡਰੇ ਨੇ ਡਰੇ ਆ। ਠੀਕ ਹੈ। ਇਸ ਕਰਕੇ ਉਹਨਾਂ ਦੀ ਡਰ ਕਰਕੇ ਹੁਣ ਇਹੋ ਜਿਹੇ ਬਿਆਨ ਦੇ ਰਹੇ ਵੀ ਵੇਖੋ ਤੇ ਉਹ ਗੁਰੂ ਮੰਨਦੇ ਨੀ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦੇ ਆ ਜੀ। ਇਸ ਕਰਕੇ ਉੱਥੇ ਪੂਰਾ ਹੜਕੰਮ ਮੱਚਿਆ ਪਿਆ ਇਸ ਡੇਰੇ ਦੇ ਵਿੱਚ ਜੀ। ਤੇ ਜਿਹੜੀ ਗੱਲ ਤੁਸੀਂ ਕੀਤੀ ਆ, ਮੇਰੇ ਕਿਹਾ 11 ਬਾਰਾਂ ਬੰਦੇ ਸੀ ਇਹ ਚ ਜਿਹੜੇ ਇਹਨਾਂ ਨੇ ਸ਼ਾਮਿਲ ਕੀਤੇ। ਬਿਲਕੁਲ ਜੀ। ਉਹਦੇ ਵਿੱਚ 2 ਕਿ 3 ਬੰਦਿਆਂ ਦੀ, ਇੱਕ ਤੇ ਪ੍ਰਦੀਪ ਕਟਾਰੀਆ ਸੀਗਾ ਜੀ, ਇਹ 2 ਬੰਦੇ ਸੀ, ਇੱਕ ਪ੍ਰਦੀਪ ਕਲੇਰ ਤੇ ਇੱਕ ਪ੍ਰਦੀਪ ਕਟਾਰੀਆ ਜੀ। ਪ੍ਰਦੀਪ ਕਟਾਰੀਆ ਦੀ ਦੁੱਧ ਦੀ ਡੇਰੀ ਜਿੱਥੇ ਉਹਦਾ ਕਤਲ ਕੀਤਾ ਗਿਆ ਸੀ ਜੀ, ਸੁਖਵਿੰਦਰ ਸਿੰਘ ਬਿੱਟੂ ਦਾ ਜੇਲ੍ਹ ਚ ਕਤਲ ਕੀਤਾ ਗਿਆ ਸੀ ਜੀ, ਜਿੱਦਣ ਉਹਦਾ ਕਤਲ ਕੀਤਾ ਗਿਆ ਸੀ ਤੇ ਉਦੋਂ ਨੇ ਕਿਹਾ ਸੀ ਮਾਈ ਗੋਡ, ਕੁਮਰ ਵਿਜੇ ਪ੍ਰਤਾਪ ਨੇ ਵੀ ਬਹੁਤ ਬਲੰਡਰ ਗਲਤੀ ਕੀਤੀ ਗਈ ਆ ਵੀ ਇੱਕ ਬੜਾ ਤਕੜਾ ਸਬੂਤ ਖਤਮ ਕੀਤਾ ਗਿਆ ਜੀ, ਇੱਕ ਸ਼ਾਇਦ ਕਤਲ ਹੋ ਰਿਹਾ ਸੀਗਾ ਤੇ 2 ਬੰਦੇ ਅਜੇ ਤੱਕ ਪੇਸ਼ ਨੀ ਅਜੇ ਹੋਏ ਜੀ। 7 ਬੰਦਿਆਂ ਤੇ ਕੇਸ ਹੁਣ ਚੱਲੇਗਾ, ਇਹ ਜਿਹੜਾ ਚੱਲਣਾ ਵਾ ਜੀ। ਤੇ ਜੇ ਕਿਤੇ ਸੌਦਾ ਸਾਹਿਬ, ਤੁਹਾਨੂੰ ਪਤਾ ਹੈ ਕਿ ਜਦੋਂ ਸੁਰਿੰਦਰਪਾਲ ਸਿੰਘ ਆਈ ਜਿਹੜੇ ADGP ਬਣ ਗਏ ਆ ਜੀ, ਇਹਨਾਂ ਦੀ ਸਿੱਟ ਬਣੀ ਸੀ ਤੇ ਇਹਨਾਂ ਨੇ ਹਾਈਕੋਰਟ ਨੂੰ ਕਿਹਾ ਸੀ ਵੀ ਸਾਨੂੰ ਪ੍ਰੋਡਕਸ਼ਨ ਜਨ ਤੇ ਜਾਣ ਦੀ ਆਗਿਆ ਦਿੱਤੀ ਜਾਵੇ ਜੀ। ਉਹ ਕਹਿੰਦੇ ਨਹੀਂ, ਤੁਸੀਂ ਸੁਨਾਰੀਆ ਜੇਲ੍ਹ ਜਾ ਕੇ ਪੁੱਛ ਪੜਤਾਲ ਕਰ ਸਕਦੇ ਹੋ ਜੀ। ਜਦੋਂ ਪਹਿਲੀ ਵਾਰੀ ਗਏ ਸੀ ਆਪਣੇ ਲੈਵਲ ਤੇ ਪੁੱਛ ਪੜਤਾਲ ਕਰਨ ਵਾਸਤੇ, ਜੇਲ੍ਹ ਜਾ ਕੇ ਨਹੀਂ ਦਿੱਤੀ, ਮੁੜ ਕੇ 2 ਵਾਰੀ ਗਏ ਤੇ ਹਾਈਕੋਰਟ ਦੇ ਹੁਕਮਾਂ ਤੇ ਗਏ ਸੀ, ਫਿਰ ਜੱਜ ਨੇ ਮਿਲੀ ਸ਼ਿੰਦਲ ਜੀ। ਹੁਣ ਬਕਾਇਦਾ ਤੌਰ ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਪ੍ਰੋਡਕਸ਼ਨ ਵੱਲ ਤੇ ਲਿਜਾਣ ਦੀ ਅਗਤੀ ਜਾਵੇ, ਅਸੀਂ 36,000 ਦੇ ਕਰੀਬ ਮੁਲਾਜ਼ਮ ਚਲਾ ਦਿਆਂਗੇ ਰੋਡ ਦੇ ਉੱਤੇ ਜੀ, ਉਹਨੂੰ ਜਾਣ ਨੂੰ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਹੋਊਗਾ। ਠੀਕ ਹੈ। ਲੇਕਿਨ ਡੇਰੇ ਵਾਲੇ ਇੱਕੋ ਗੱਲ ਕਹੀ ਜਾਂਦੇ ਸੀ, ਜਾਣ ਨੂੰ ਖਤਰਾ, ਜਾਣ ਨੂੰ ਖਤਰਾ, ਜਾਣ ਨੂੰ ਖਤਰਾ। ਹੁਣ ਵੇਖੋ ਇਹਨਾਂ ਨੂੰ ਆਗਿਆ ਮਿਲਦੀ ਕਿ ਨਹੀਂ ਮਿਲਦੀ, ਕੋਰਟ ਆਗਿਆ ਜਾਂਦੀ ਕਿ ਨਹੀਂ, ਪ੍ਰੋਡਕਸ਼ਨ ਵੰਡਦੀ, ਜਾਂ ਫਿਰ ਉਹੀ ਗੱਲ ਕਹਿੰਦੇ ਆ ਜੀ ਕਿ ਉੱਥੇ ਜਾ ਕੇ ਪੁੱਛ ਪੜਤਾਲ ਕਰਕੇ ਆਓ। ਲੇਕਿਨ ਮੈਨੂੰ ਉਮੀਦ ਹੈ ਵੀ ਇਹ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਵੀ ਜ਼ਰੂਰ ਪਾਉਣਗੇ ਡੇਰੇ ਵਾਲੇ ਜੀ ਜੀ। ਤੇ ਹੁਣ ਆਪਾਂ ਗੱਲ ਕਰੀਏ ਜੀ ਤਾਂ ਮਨਪ੍ਰੀਤ ਬਾਦਲ ਦੇ ਉੱਤੇ ਜਿਹੜਾ ਅੰਮ੍ਰਿਤਾ ਬਰਿੰਗ ਤਾਂ ਛੱਡੋ, ਆਪਸ ਵਿੱਚ ਹੁਣ ਚੱਲ ਪਈ ਹੈ ਸ਼ਬਦੀ ਜੰਗ ਜੀ, ਫਿਰ ਸਾਰੇ ਪਾਸੇ ਲੱਗ ਗਏ ਹੋਣੇ ਆ, ਐਲਾਨ ਹੋ ਗਿਆ ਨਾ, ਫਿਰ ਹੁਣ ਦੂਜੀਆਂ ਪੁਰਾਣੀਆਂ ਕੱਢ ਕੱਢ ਲਿਆਉਣਗੇ, ਸੌਕਣਾ ਵਾਂਗੂ ਲੜਨਗੇ ਸਾਰੇ। ਫਿਰ ਵੇਖੋ ਜੀ, ਜਿਹਨੇ ਆਪਣਾ ਇਤਿਹਾਸ ਬੋਲੋ ਨਾ, ਉਹ ਚੁੱਪ ਕਰਕੇ ਇਲੈਕਸ਼ਨ ਲੜਨਗੇ ਜੀ। ਲੋਕੀ ਦਾਦੇ ਦਾ, ਪੜਦਾਦੇ ਦਾ, ਸਾਰਾ ਖਾਨਦਾਨ ਦਾ ਇਤਿਹਾਸ ਸਮਝ ਕੇ ਰੱਖਣਗੇ, ਆਹ ਸਾਡਾ ਇਤਿਹਾਸ ਜੀ, ਜੇ ਆਪਣਾ ਇਤਿਹਾਸ ਲਿਖਣਾ ਨਾ ਕਿਸੇ, ਤੂੰ ਉਹ ਕਰ ਲਈ ਕੰਮ, ਚੰਗਾ ਨਹੀਂ ਤੇ ਮਾੜਾ ਸਾਹਮਣੇ ਆਈ ਹੋਊਗਾ ਜੀ।
ਅਮਰਤਾ ਵੜਿੰਗੇ ਗੱਲ ਕਹਿੰਦੀ ਆ ਵੀ ਵੇਖੋ ਰਾਜਾ ਜੀ ਬਕਾਇਦਾ ਤੌਰ ਤੇ ਕਾਂਗਰਸ ਚ ਪੈਦਾ ਹੋਏ, ਕਾਂਗਰਸ ਉੱਥੇ ਦੇ ਕਾਂਗਰਸ ਕਿਰੇ ਤੇ ਕਾਂਗਰਸ ਵਿੱਚ ਹੀ ਉਹਦੇ ਐਮਐਲਏ ਦੰਦੀਰ ਬਣੇ ਤੇ ਹੁਣ ਐਚਈਓ ਬਕਾਇਦਾ ਤੌਰ ਤੇ ਜੀ ਮਿਨਿਸਟਰ ਵੀ ਬਣੇ ਨਾਲ ਉਹ ਪ੍ਰਧਾਨ ਵੀ ਬਣੇ ਜੀ। ਕਹਿੰਦੀ ਮੈਂ ਆਪਣੀ ਰਿਕਮੈਂਡੇਸ਼ਨ ਕਿਸੇ ਹੋਰ ਦੀ ਭੇਜੀ ਸੀ ਵੀ ਫਲਾਣੇ ਨੂੰ ਟਿਕਟ ਦਿਓ, ਲੇਕਿਨ ਉਹਨੂੰ ਪਾਰਟੀ ਜੇ ਮਿੱਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਜੀ ਆਇਆਂ ਨੂੰ ਮੈਂ ਇਲੈਕਸ਼ਨ ਲੜੂੰਗੀ ਜੀ। ਕਹਿੰਦੀ ਮਨਪ੍ਰੀਤ ਬਾਦਲ ਇਹਨੇ ਕਿਹਦੇ ਨਾਲ ਧੋਖਾ ਨੀ ਕੀਤਾ? ਪਹਿਲੀ ਗੱਲ ਤੇ ਅਕਾਲੀ ਦਲ ਦੇ ਵਿੱਚ ਆਇਆ ਤੇ ਅਕਾਲੀ ਦਲ ਨਾਲ ਧੋਖਾ ਕਰਕੇ ਇਹਨੇ ਆਪਣੀ ਟ੍ਰਿਪਲ ਪੀ ਬਣਾਈ ਜੀ। ਉਥੋਂ ਇਹ ਨਿਹੰਗ ਦੇ ਬਾਟੇ ਵਾਂਗੂ ਮਾਂਜਿਆ ਗਿਆ। ਇੱਕ ਸੀਟ ਨੀ ਮਿਲੀ, 5% ਵੋਟ ਮਿਲੀ ਸਰ, ਜਿਹੜਾ ਮੁੱਖ ਮੰਤਰੀ ਨੂੰ ਪੁੱਛਾ ਤਾਂ ਮੁੱਖ ਮੰਤਰੀ ਬਣਨ ਲੱਗਾ ਜੀ। 2017 ਚ ਕਾਂਗਰਸ ਚੱਲਣਗੇ ਜੀ, ਕਾਂਗਰਸ ਛੱਡ ਕੇ ਬਕਾਇਦਾ ਤੌਰ ਤੇ ਹੁਣੇ ਭਾਜਪਾ ਚੱਲਣਗੇ ਠੀਕ ਹੈ ਜੀ। ਨਾ ਇਹ ਭਰਾ ਦਾ ਬਣਿਆ, ਨਾ ਤਾਏ ਦਾ ਬਣਿਆ, ਨਾ ਚਾਚੇ ਦਾ, ਕਿਸੇ ਬਣਿਆ ਤੇ ਜੇ ਤਾਂ ਤੁਸੀਂ ਕੀ ਆ ਸਕਦੇ ਜੀ। ਤੇ ਗੱਲ ਵੀ ਸਹੀ ਆ, ਤੁਸੀਂ ਇਹ ਸੋਚਦੇ ਹੋ ਕਿ ਕਿਸੇ ਲੋਕਾਂ ਨੂੰ ਪੁੱਛ ਲਓ ਵੀ ਤੁਹਾਡਾ ਮਨਪ੍ਰੀਤ ਨੇ ਕੋਈ ਕੰਮ ਕੀਤਾ? ਨਜਾਇਜ਼ ਦੀ ਗੱਲ ਨੀ ਕਰਦਾ, ਜਾਇਜ਼ ਕੀਤਾ ਦੱਸ ਦਿਓ ਤੁਸੀਂ। ਤੁਸੀਂ ਮਿੱਤਰ ਹੋ, ਤੁਸੀਂ ਇਹਦੇ ਕੋਲ ਚਲੇ ਗਏ ਕੰਮ ਕਰਾਉਣ ਵਾਸਤੇ, ਕੰਮ ਕੁੰਮ ਚ ਕੀ ਕਰਨਾ ਸੀਗਾ ਜੀ? ਇਹਦਾ ਸ਼ਬਦ ਪਤਾ ਕੀ ਹੁੰਦਾ ਸੀ? ਹਜ਼ੂਰ ਮੈਂ ਤੈਨੂੰ ਚਾਹ ਨੀ ਪਿਆ ਸਕਦਾ ਕਿਉਂਕਿ ਖਜ਼ਾਨਾ ਖਾਲੀ। ਚਾਹ ਦੇ ਕੱਪ ਨਾਲ ਖਜ਼ਾਨਾ ਖਾਲੀ ਹੋ ਰਿਹਾ ਸੀ ਜੀ। ਤੇ ਜਿੱਥੋਂ ਇੱਥੋਂ ਤੱਕ ਆਪਣੀ ਨੀਤ ਖਰਾਬ ਹੋਵੇ ਤੇ ਫਿਰ ਆਪਾਂ ਕੀ ਭਾਲਦੇ ਉੱਥੇ? ਅਮਰਤਾ ਵੜਿੰਗ ਦੇ ਦੋਸ਼ ਤੇ ਬਿਲਕੁਲ ਸਹੀ ਹੈ, ਕੋਈ ਸ਼ੱਕ ਵਾਲੀ ਗੱਲ ਨੀ ਹੈਗੀ। ਮਨਪ੍ਰੀਤ ਬਾਦਲ ਨੇ ਆਪਣੀ ਟਨਿਓਰ ਚ ਕਿਸੇ ਦਾ ਕੋਈ ਕੰਮ ਨੀ ਕੀਤਾ। ਹਾਂ, ਗਿੱਦੜਬਾਹਾ ਨੂੰ ਛੱਡ ਕੇ ਬਠਿੰਡੇ ਚ ਲੈ ਗਿਆ, ਉੱਥੇ ਪਲਾਂਟ ਨੂੰ ਲਾਏ ਨੇ, ਸੋਲਰ ਪਲਾਂਟ ਵੀ ਲਾਏ, ਉੱਥੇ ਆਪਣਾ ਘਰ ਵੀ ਬਣਾਇਆ, ਸਭ ਕੁਛ ਕੀਤਾ, ਤੁਹਾਨੂੰ ਸਭ ਪਤਾ ਬਿਲਕੁਲ ਬਿਲਕੁਲ। ਲੇਕਿਨ ਗਿੱਦੜਬਾਹਾ ਦੇ ਲੋਕਾਂ ਨੂੰ ਉਹਨੇ ਦੱਸਿਆ ਕੀ ਵੀ ਤੁਹਾਨੂੰ ਤਾਂ ਛੱਡ ਕੇ ਚਲੇ ਗਿਆ, ਅਸੀਂ ਤੁਹਾਡੇ ਕੋਲ ਬੈਠੇ ਆ ਜੀ। ਤੇ ਜਿੱਥੋਂ ਤੱਕ ਮੈਨੂੰ ਉਮੀਦ ਆ, ਉੱਥੇ ਟੱਕਰ ਜਿਹੜੀ ਆ ਉਹ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿੱਚ ਹੀ ਹੋਏਗੀ ਜੀ। ਤੇ ਬੀਪੀ ਕਿਲੋ ਪਰਸੋਂ ਕਹਿ ਰਿਹਾ ਸੀਗਾ, ਦੇਖੋ ਜੀ 50,000 ਤੇ ਵੋਟ ਮੈਂ ਖੜੀ ਸੀ ਪਿਛਲੀ ਵਾਰੀ ਜੀ, ਤੇ 40,000 ਆਮ ਆਦਮੀ ਪਾਰਟੀ ਖੜੀ, 90,000 ਵੋਟ ਤੇ ਖੜੀ ਪਈ, ਗਿਣਤੀ ਕੱਢ ਲਈ। ਅਕਾਲੀ ਦਲ ਦੀ ਭੁੱਲ ਗਿਆ ਨਾ ਵੀ ਅਕਾਲੀ ਦਲ ਤੋਂ ਖੜਾ ਹੋਇਆ ਸੀਗਾ। ਹਾਂਜੀ ਹਾਂਜੀ, ਉਹ ਤੇ ਫਿਰ 23 ਤਰੀਕ ਨੂੰ 23 ਨਵੰਬਰ ਨੂੰ ਮਸ਼ੀਨਾਂ ਦੱਸਣਗੀਆਂ ਵੀ ਗਿਣਤੀ ਕਿੰਨੀ ਕਿੰਨੀ ਨਹੀਂ ਹੈਗੀ ਜੀ ਜੀ। ਇਸ ਕਰਕੇ ਡਿੰਪੀ ਦੇ ਨਾਲ ਵੀ ਜੇ ਕਹਿ ਲਏ, ਮੈਨੇ ਬਹੁਤ ਸਾਰੇ ਅਕਾਲੀ ਵਰਕਰ ਗਏ, ਅਕਾਲੀ ਵਰਕਰ ਨਹੀਂ ਗਏ, ਬਹੁਤ ਥੋੜੇ ਗਏ ਗਏ। ਤੇ ਪ੍ਰਿਤਪਾਲ ਸ਼ਰਮਾ ਜਿਹੜਾ ਉਹ ਨਾਰਾਜ਼ ਆ ਵੀ ਮੇਰੀ ਟਿਕਟ ਖੋ ਕੇ ਦਿੱਤੀ ਗਈ, ਇਹਨੂੰ ਉਹ ਕਿੱਥੋਂ ਵੋਟ ਪਾਊਗੇ ਇਹਨਾਂ ਨੂੰ? ਇਸ ਕਰਕੇ ਐਸੀ ਜਿਹੜੀ ਆ ਉਹ ਆਪਣੇ ਤੋਂ ਬਚਾਉਣ ਵਾਲੀ ਗੱਲ ਹੋਣੀ ਆ, ਬਾਕੀ ਦੀ ਕੋਈ ਖਤਰਾ ਨਹੀਂ ਕਰਕੇ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਪੱਟੀਹੁਰੀ। ਤੇ ਹੁਣ ਕਹਿੰਦੇ ਵੀ ਸੱਚ ਕਰਤਾਰਪੁਰ ਸਾਹਿਬ ਦਾ ਲਾਂਘੇ ਦਾ ਜਿਹੜਾ ਜੀ ਉਹ ਕਹਿੰਦੇ ਅਪਡੇਟ ਆਈ ਹੈ, ਕੋਈ ਸਮਝੌਤਾ ਦੁਬਾਰਾ ਤੋਂ ਹੋਇਆ, ਕੀ ਹੋਇਆ? ਨਹੀਂ ਉਹ ਵੇਖੋ ਜੀ, ਕਰਤਾਰਪੁਰ ਸਿੰਘ ਲਾਂਘਾ ਜਿਹੜਾ 2019 ਚ ਖੋਲਿਆ ਗਿਆ ਸੀ ਤੁਹਾਨੂੰ ਪਤਾ ਹੀ ਹੈ ਜੀ, ਇਹ ਹਰ 5 ਸਾਲ ਬਾਅਦ ਰਿਨਿਊ ਹੁੰਦਾ ਜੀ। ਹੁਣ ਫਿਰ ਉਹਨਾਂ ਨੇ ਇਹਨਾਂ ਜਿਹੜਾ ਸਮਝੌਤਾ ਰਿਨਿਊ ਕੀਤਾ ਦਵਾਇਆ ਵਾ, ਤੇ 5 ਸਾਲ ਬਾਅਦ ਉਹਨਾਂ ਕੀਤਾ, ਹੋਰ ਇਹਦੀ ਕੋਈ ਗੱਡੀ ਇਹਦੀ ਕੋਈ ਗੱਲ ਨੀ ਹੈਗੀ ਇਹਦੀ, ਠੀਕ ਹੈ ਜੀ। ਵੀ ਇਸ ਕਰਕੇ ਉਹ ਕਰਨਾ ਹੀ ਪੈਣਾ ਸੀਗਾ। ਪਹਿਲੀ ਗੱਲ ਤੇ ਕੇਂਦਰ ਸਰਕਾਰ ਨੂੰ ਉਹ ਲੰਘਾ ਖੋਲਣ ਤੇ ਕੋਈ ਇਤਰਾਜ਼ ਨਹੀਂ ਹੈਗਾ ਜੀ, ਲੇਕਿਨ ਵਾਹਗਾ ਸਰਹੱਦ ਖੋਲਣ ਤੇ ਇਤਰਾਜ਼ ਹੈਗਾ। ਅੱਛਾ ਜੀ, ਕਿਉਂ? ਵਾਹਗਾ ਸਰਹੱਦ ਖੋਲੀ ਤੇ ਉਹਨਾਂ ਦੇ ਜਿਹੜੇ ਆਪਣੇ ਆਕਾ ਨੇ ਅਡਾਨੀ ਅਬਾਨੀ, ਉਹਨਾਂ ਦੇ ਵਪਾਰ ਤੇ ਅਸਰ ਪੈਂਦਾ ਜੀ, ਵੀ ਇੱਥੋਂ ਵਪਾਰ ਸ਼ੁਰੂ ਹੋ ਗਿਆ ਤੇ ਫਿਰ ਜਿਹੜਾ ਇੱਥੋਂ ਦੇ ਅੱਜ ਮਾਲ ਜਾਂਦਾ ਵਾ ਉਹਨਾਂ ਦੀਆਂ, ਫਿਰ ਬੰਦਰਗਾਹਾਂ ਤੇ ਕੌਣ ਆਇਆ? ਬੰਦਰਗਾਹ ਤੇ ਕੌਣ ਜਾਊ ਜੀ? ਜੇ ਕਿਤੇ ਕਰਤਾਰਪੁਰ ਦੇ ਲਾਂਘੇ ਦਾ ਵੀ ਉੱਤੇ ਅਸਰ ਪੈਂਦਾ ਹੁੰਦਾ, ਕਦੀ ਤਾਂ ਖੁੱਲਦਾ ਹੈ ਜੀ, ਉਹ ਸਿਰਫ ਖੋਲਿਆ ਗਿਆ ਸੀ ਵੀ ਇਹਦੇ ਤੇ ਉਹਨਾਂ ਦਾ ਕੋਈ ਅਸਰ ਨੀ ਪੈਂਦਾ। ਤੇ 5 ਸਾਲ ਬਾਅਦ ਬਕਾਇਦਾ ਤੌਰ ਤੇ ਮੈਨੂੰ ਤੇ ਫਿਰ ਜਿਹੜੀ ਗੱਲ ਕਹਿੰਦਾ ਸਿੱਧੂ ਠੀਕ ਕਹਿੰਦਾ ਜੀ, ਕਹਿੰਦਾ ਪੰਜਾਬ ਦਾ ਇੱਕ ਮੁੱਖ ਮੰਤਰੀ ਪਾਕਿਸਤਾਨ ਗਿਆ ਤੇ ਉੱਥੋਂ ਭੇਡੂ ਲੈ ਕੇ ਆਇਆ, ਦੂਜਾ ਮੁੱਖ ਮੰਤਰੀ ਗਿਆ ਤੇ ਉੱਥੋਂ ਅਰਬੀ ਘੋੜਾ ਲੈ ਕੇ ਆਇਆ ਜੀ, ਤੇ ਬਾਬੇ ਨੇ ਸਾਨੂੰ ਆਸ਼ੀਰਵਾਦ ਦੇ ਕੇ ਭੇਜਿਆ ਤੇ ਆਪਾਂ ਲਾਂਘਾ ਲੈ ਕੇ ਆਏ ਜੀ, ਠੀਕ ਕਹਿੰਦਾ। ਉਹ ਲਾਂਘਾ ਜਿਹੜਾ ਵਾ 5 ਸਾਲ ਬਾਅਦ ਜਿਹੜਾ ਉਹਦਾ ਸਮਝੌਤਾ ਵਾ ਰਿਨਿਊ ਕਰਨਾ ਪੈਂਦਾ, ਉਹ ਰਿਨਿਊ ਉਹਨਾਂ ਕੀਤਾ, ਬਾਕੀ ਕੁਛ ਨੀ ਜੀ, ਉਹ ਚੱਲਦਾ ਰਹਿ ਗਿਆ, ਬਾਕੀ ਸਿਸਟਮ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਚੱਲਦਾ ਸੀਗਾ ਜੀ। ਲੇਕਿਨ ਜਿਸ ਤਰੀਕੇ ਨਾਲ ਉੱਥੇ ਬਕਾਇਦਾ ਤੌਰ ਤੇ ਸੁਪਨਾ ਲਿਆ ਸੀ ਨਾ ਇਮਰਾਨ ਖਾਨ ਨੇ ਜੀ, ਉਹ ਚੀਜ਼ ਨੀ ਹੋਈ,
ਉਹ ਗੱਲ ਨਹੀਂ ਬਣੀ ਉਹਨਾਂ ਨੂੰ ਅਸੀਂ ਰੋਜ਼ ਘੱਟੋ ਘੱਟ 5000 ਬੰਦਾ ਆਊਗਾ ਉਹ ਦੇਖੋ ਜੀ ਇੱਕ ਤਾਂ ਪਾਸਪੋਰਟ ਵਾਲੀ ਜਿਹੜੀ ਲੱਗ ਗਈ ਨਾ ਪੱਟੀ ਸਾਹਿਬ ਗੱਲ ਉਹ ਡਰ ਬੜਾ ਲੋਕਾਂ ਨੂੰ ਪਾਸਪੋਰਟ ਦੇ ਨਾਂ ਤੇ ਜੇ ਕਿਤੇ ਆਧਾਰ ਕਾਰਡ ਤੇ ਹੋ ਜਾਂਦਾ ਕੰਮ ਤਾਂ ਫਿਰ ਤਾਂ ਹੁਣ ਵਾਰੀ ਨਹੀਂ ਆਉਣੀ ਸੀ ਨਹੀਂ ਫਿਰ ਵੀ ਬਹੁਤਾ ਨਹੀਂ ਲੋਕਾਂ 'ਚ ਹੈ ਇੰਨਾ ਜਿੰਨਾ ਦਾ ਉਹ ਦੰਦੇਵਾਲੀ ਸਾਹਿਬ ਜਿਹੜੀ ਅੱਗੇ ਵਾਲੀ ਗੱਲ ਸੀ ਨਾ ਉਹ ਨਹੀਂ ਰਹੀਆਂ ਗੱਲਾਂ ਹੁਣ ਥੋੜੇ ਲੋਕੀ ਹੋਰ ਟਾਈਪ ਦੇ ਹੋ ਗਏ ਆਪਣੇ ਕੰਮਾਂ 'ਚ ਰੁੱਝ ਗਏ ਨੇ ਲੇਕਿਨ ਹਾਂ ਇਹ ਆ ਕਿ ਜੇ ਰੋਜ਼ 200 ਬੰਦਾ ਦਿੰਦਾ ਤਾਂ ਉਹਦੀ ਗਿਣਤੀ 500 ਜ਼ਰੂਰ ਹੋ ਜਾਂਦੀ ਜੇ ਕਿਤੇ ਆਧਾਰ ਕਾਰਡ ਤੇ ਹੁੰਦਾ ਹਾਂ ਆਧਾਰ ਕਾਰਡ ਹੁੰਦਾ ਨਾ ਪਰ ਉੱਥੇ ਵੀ ਠੱਠ ਖਵਾਰੀ ਬੜੀ ਹੁੰਦੀ ਹੈ ਜੀ ਆ ਬੂੰਦਾਂ ਪਵਾਤੀਆਂ ਜੀ ਆ ਫਲਾਨਾ ਕਰਤਾ ਜੀ ਡਰਾਈ ਜਾਂਦੇ ਆ ਉੱਥੇ ਜਦੋਂ ਜਾਂਦਾ ਕੋਈ ਆਹ ਨਾ ਲਿਆਏ ਉਹ ਪਰਚਾ ਹੋ ਜੂ ਫਿਰ ਕਹਿੰਦੇ ਜੀ ਕੋਈ ਮਿਲਿਆ ਕੌਣ ਤੁਹਾਨੂੰ ਪੁੱਛ ਪੜਤਾਲ ਤੋਂ ਵੀ ਆਮ ਸਿਆਣਾ ਬੰਦਾ ਡਰ ਜਾਂਦਾ ਜੀ ਵੀ ਤੁਹਾਨੂੰ ਕੌਣ ਮਿਲਿਆ ਕੀ ਮਿਲਿਆ ਕੌਣ ਸੀ ਉੱਥੇ ਹੈਂਜੀ ਇਹ ਗੱਲ ਹੈ ਅਤੇ ਤੁਸੀਂ ਪਾਕਿਸਤਾਨ ਦੀ ਗੱਲ ਛੇੜ ਹੀ ਲਈ ਹੈ ਕਹਿੰਦੇ ਇੱਕ ਅਦਾਲਤ ਨੇ ਕਿਸੇ ਨੇ ਕਹਿੰਦੇ ਪਾਕਿਸਤਾਨ ਪੱਖੀ ਨਾਅਰੇ ਲਾ ਤੇ ਅਤੇ ਉਹ ਕਹਿੰਦੇ ਵੀ ਤੂੰ ਉਹਨੂੰ ਸਜ਼ਾ ਦੇ ਤੀ ਮੱਧ ਪ੍ਰਦੇਸ਼ ਦੀ ਗੱਲ ਹੈ ਜੀ ਜੀ ਮੱਧ ਪ੍ਰਦੇਸ਼ ਵਿੱਚ ਇੱਕ ਵਿਅਕਤੀ ਆ ਹਾਂਜੀ ਉਹਨੇ ਪਾਕਿਸਤਾਨੀ ਮੁਸਲਮਾਨ ਮੁੰਡਾ ਤੇ ਉਹਨੇ ਪਾਕਿਸਤਾਨੀ ਪੱਖੀ ਨਾਅਰੇ ਲਾਏ ਅੱਛਾ ਜੀ ਉਹ ਸ਼ਿਕਾਇਤ ਚਲ ਗਈ ਉਹਦੀ ਥਾਣੇ ਦੇ ਵਿੱਚ ਅੱਛਾ ਜੀ ਤੇ ਨੈਚੁਰਲੀ ਥਾਣੇ ਵਾਲੇ ਤੇ ਪਰਚਾ ਪਰ ਤੂੰ ਖਾਦਾ ਕਿ ਤੈਨੂੰ ਸੱਚਾ ਕਹਿੰਦਾ ਗੱਲ ਦਰਜ ਕਰੀ ਦੇਣਾ ਸੀ ਹਾਂਜੀ ਤੇ ਉਹਨੂੰ ਪਰਚਾ ਦਰਜ ਕਰਕੇ ਤੇ ਬਕਾਇਦਾ ਤੌਰ ਤੇ ਜਦੋਂ ਅਦਾਲਤ 'ਚ ਪੇਸ਼ ਕੀਤਾ ਗਿਆ ਨਾ ਜੀ ਅਦਾਲਤ ਨੇ ਪੂਰਾ ਕੇਸ ਸੁਣਿਆ ਉਹਨੇ ਸੋਚਿਆ ਵੀ ਕੇਸ ਬਣਦਾ ਤੇ ਕੋਈ ਹੈ ਨੀ ਕਿਉਂਕਿ ਸਾਡੀ ਸੁਪਰੀਮ ਕੋਰਟ ਕਹਿ ਚੁੱਕੀ ਹੈ ਵੀ ਜੇ ਕੋਈ ਨਾਅਰਾ ਲਾਉਂਦਾ ਵਾ ਇਹ ਸਾਡੀ ਰਾਈਟ ਟੂ ਸਪੀਚ ਅਧਿਕਾਰ ਹੈ ਫੰਡਾਮੈਂਟਲ ਰਾਈਟ ਜੀ ਜੇ ਕਿਸੇ ਨੂੰ ਸੱਟ ਨੀ ਵੱਜੀ ਕਿਸੇ ਨੂੰ ਪੇਟ ਨੀ ਵੱਜੀ ਕੁਛ ਨੀ ਵੱਜੀ ਤੇ ਫਿਰ ਅਧਿਕਾਰ ਉਹਨਾਂ ਦਾ ਹੈਗਾ ਹਾਈ ਕੋਰਟ ਨੇ ਇੰਨੀ ਸੋਚੀ ਗੱਲ ਕੋਰਟ ਨੇ ਸੋਚੀ ਗੱਲ ਵੀ ਇਹਨੂੰ ਸਜ਼ਾ ਬਣਨਾ ਤੇ ਦੋਸ਼ ਬਣਨਾ ਨੀ ਜੀ ਤੇ ਇਹਨੂੰ ਥੋੜਾ ਸਬਕ ਸਿਖਾਉਣ ਵਾਸਤੇ ਆਪਣਾ ਕੰਮ ਕਰ ਲਈਏ ਆਪਾਂ ਠੀਕ ਹੈ ਜੀ ਇਹਦਾ ਮੁੰਡਾ ਨਾਂ ਹੈਗਾ ਫੈਜ਼ਾਨ ਜੀ ਇਹਨੂੰ ਫੈਜ਼ਲ ਵੀ ਕਹਿੰਦੇ ਠੀਕ ਹੈ ਜੀ ਇਹਨੂੰ ਮਈ ਚ ਗ੍ਰਿਫਤਾਰ ਕੀਤਾ ਗਿਆ ਸੀਗਾ ਉਹ ਕੇਸ ਚੱਲਦਾ ਰਿਹਾ ਤੇ ਹੁਣ ਅਦਾਲਤ ਨੇ ਉਹਨੂੰ ਇਹ ਗੱਲ ਕਹੀ ਵੀ ਤੂੰ ਇੱਕ ਕੰਮ ਕਰ ਜੀ ਤੂੰ ਰੋਜ਼ ਜਾਣਾ ਹੀ 7 ਦਿਨ ਲਗਾਤਾਰ ਜੀ ਥਾਣੇ ਜਾਏਗਾ ਉੱਥੇ ਬਕਾਇਦਾ ਤੌਰ ਤੇ ਤਿਰੰਗੇ ਦੇ ਸਲੂਟ ਕਰੇਗਾ 21 ਵਾਰੀ ਰੋਜ਼ ਠੀਕ ਹੈ ਤੇ ਨਾਲ ਭਾਰਤ ਮਾਤਾ ਜੈ ਦੇ ਨਾਰੇ ਲਾਏ ਜਾਂਦਾ ਇਹ ਕੰਮ ਕਰ ਲਾਂਗੇ ਆਪਾਂ ਕੋਈ ਗੱਲ ਨੀ ਇੱਕ ਮੇਲਾ ਬਣ ਗਿਆ ਉੱਥੇ ਹੁਣ ਥਾਣੇ ਦੇ ਵਿੱਚ ਜੀ ਜਦੋਂ ਜਾਂਦਾ ਲੋਕੀ ਵੇਖਣ ਵਾਸਤੇ ਆਉਂਦੇ ਆ ਹਾਂ ਵੀਡੀਓ ਬਣਾਉਂਦੇ ਹੋਣੇ ਰੀਲਾਂ ਬਣਾਉਂਦੇ ਹੋਣੇ ਵੀਡੀਓ ਬਣਾਉਂਦੇ ਹੋਣਗੇ ਤੇ ਪਾਉਂਦੇ ਹੋਣਗੇ ਹਾਂਜੀ ਤੇ ਉਹ ਜਿਹੜਾ ਉੱਥੇ ਸੱਚੋ ਆ ਜੀ ਉਹ ਵੀ ਕਹਿੰਦਾ ਜੀ ਵੇਖੋ ਇਹਨੂੰ ਕਿਹਾ ਵੀ ਹਰ ਮਹੀਨੇ ਦੇ 4th ਮੰਗਲਵਾਰ ਤੂੰ ਤਿਰੰਗੇ ਦੀ ਸਲਾਮੀ ਦੇਣੀ ਆ ਜੀ ਇਹ ਮੁੰਡਾ ਲਗਾਤਾਰ ਆ ਰਿਹਾ ਸਾਡੇ ਕੋਲ ਤੇ ਵਾਕਿਆ ਉੱਥੇ ਜੈ ਬਤਾ ਜੈ ਦੇ ਨਾਰੇ ਵੀ ਲਾ ਰਿਹਾ ਤੇ 21 ਵਾਰੀ ਸਲਿਊਟ ਕਰ ਰਿਹਾ ਤਿਰੰਗੇ ਨੂੰ ਜੀ ਅਸੀਂ ਰਿਪੋਰਟ ਇਹਦੀ ਹੁਣ ਕੋਰਟ ਨੂੰ ਦਿਆਂਗੇ ਵੀ ਇਹਨੇ ਆਪਣਾ ਕੰਮ ਕਰ ਲਿਆ ਵਾ ਹਾਂਜੀ ਇਹਦਾ ਕੇਸ ਖਾਰਜ ਕੀਤਾ ਜਾਵੇ ਜੀ ਤੇ ਢਿੱਲੋਂ ਸਾਹਿਬ ਹੁਣ ਜਿਹੜੇ ਪੱਟੀ ਸਾਹਿਬ ਜਿਹੜੇ ਆਪਣੇ ਹੁਣ ਉਮੀਦਵਾਰ ਉਤਾਰੇ ਆ ਕਾਂਗਰਸ ਨੇ ਇਹਨਾਂ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ ਚੱਬੇਵਾਲ ਤੋਂ ਲੈ ਲਓ ਭਾਵੇਂ ਤੁਸੀਂ ਤੁਹਾਡੇ ਉੱਧਰ ਡੇਰਾ ਬਾਬਾ ਨਾਨਕ ਤੋਂ ਲੈ ਲਓ ਜੀ ਜਿਹੜੇ ਚੱਬੇਵਾਲ ਦੇ ਲਿਆਂਦੇ ਨੇ ਜੀ ਇਹਦੇ ਚ ਆਪਣੇ ਉਮੀਦਵਾਰ ਜੀ ਉਹਨਾਂ ਬਾਰੇ ਤਾਂ ਤੁਸੀਂ ਜਾਣਦੇ ਹੋ ਰਣਜੀਤ ਕੁਮਾਰ ਹੋਈ ਤੇ ਪਿਛਲੀ ਉਹ ਚੋਣ ਲੜੇ ਵਗੈਰਾ ਰਣਜੀਤ ਕੁਮਾਰ ਹੁਣ ਚੋਣ ਲੜੇ ਨੇ ਉਹਨਾਂ ਦੀ ਬਸਪਾ ਵਾਲਿਆਂ ਦੀ ਇਹਦੇ ਚ ਆਪਣੇ ਲੋਕ ਸਭਾ ਦੇ ਵਿੱਚ ਠੀਕ ਹੈ ਜੀ ਉਹਨਾਂ ਨੂੰ ਪਤਾ ਨੀ ਕਿੱਥੋਂ ਮਿੰਟੀ ਮਿੰਟੀ ਚੁੱਕ ਕੇ ਲਏ ਜੀ ਚਲੋ ਖੈਰ ਹੁਣ ਜਿਹੜੀ ਇਹਨਾਂ ਦੀ ਉਮੀਦਵਾਰ ਹੈ ਉਹ ਲਗਭਗ ਰਵਾਇਤੀ ਉਮੀਦਵਾਰ ਜੇ ਤੁਸੀਂ ਲੈ ਲਓ ਕੁਲਦੀਪ ਸਿੰਘ ਢਿੱਲੋਂ ਦੀ ਗੱਲ ਕਰ ਲਓ ਜਾਂ ਦੀ ਅਮ੍ਰਿਤਾ ਵੜਿੰਗ ਲੈ ਲਓ ਜਤਿੰਦਰ ਕੌਰ ਦੀ ਲੈ ਲਓ ਇਹ ਮਤਲਬ ਪਿਛੋਕੜ ਰਾਜਸੀ ਹੈ ਜੀ ਅੱਜ ਦੀ ਡੇਟ ਦੇ ਵਿੱਚ 3 ਵਾਰੀ ਜਿਹੜਾ ਡੇਰੇ ਬਾਬਾ ਨਾਨਕ ਜਿੱਤ ਚੁੱਕੇ ਨੇ ਮਾਨਯੋਗ ਸਾਡੇ ਜਿਹੜੇ ਹੈਗੇ ਨੇ ਸੁਖਿੰਦਰ ਸਿੰਘ ਸੁੱਖੀ ਹੋਣੀ ਜੀ ਹੁਣ ਚਾਹੀਦਾ ਤੇ ਸੀ ਵੀ ਉਹ ਇੱਕ ਕਾਂਗਰਸ ਦਾ ਕਲਚਰ ਇੱਦਾਂ ਦਾ ਵੀ ਇੱਥੇ ਭਾਈ ਭਤੀਜਾਵਾਦ ਤੇ ਪਰਿਵਾਰ ਵਾਲਾ ਬਹੁਤ ਹੈ ਇਹ ਤਾਂ ਸਾਰੀਆਂ ਜੀ ਹੋ ਗਿਆ ਜੀ ਹੁਣ ਤਾਂ ਹੁਣ ਸਾਰੀਆਂ ਚ ਹੋ ਗਿਆ ਬਿਲਕੁਲ ਸਹੀ ਚ ਹੋ ਗਿਆ ਚੱਬੇਵਾਲ ਜੀ ਵੇਖੋ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਸੀ ਇੱਥੇ ਜੀ ਜਿਹੜਾ ਬੰਤਾ ਪੰਚਰਾਂ ਵਾਲੇ MLA ਬਣੂਗਾ ਫਲਾਣਾ ਬਣੂਗਾ ਕਿੱਥੇ ਜੋ ਗਿਆ ਬੰਤਾ MLA ਹੁਣ ਹੁਣ ਤਾਂ ਤੁਸੀਂ ਕਹਿ ਦਿੱਤਾ ਬਕਾਇਦਾ ਤੌਰ ਤੇ ਜਿਹੜਾ ਹੈਗਾ ਆਪਣਾ ਉਹ ਪੰਚਰ ਵਾਲੇ ਤਾਂ ਪੰਚਰ ਲਾਉਣ ਜੋਗੇ ਹੀ ਰਹਿ ਗਏ ਬਸ ਪੰਚਰ ਲਾਉਣ ਜੋਗੇ ਰਹਿ ਗਏ ਹੁਣ ਤੁਸੀਂ ਉੱਥੇ ਲੈਣ ਦਾ ਉਹਦਾ ਚੱਬੇਵਾਲ ਦਾ ਡਾਕਟਰ ਰਾਜਕੁਮਾਰ ਦਾ ਮੁੰਡਾ ਲੈਣ ਦਾ ਤੁਸੀਂ ਉਹ ਵੀ ਮੁੰਡਾ ਡਾਕਟਰ ਜੀ MD ਡਾਕਟਰ ਪਰਿਵਾਰਵਾਦ ਹੋ ਗਏ ਕਿ ਬਾਕੀ ਕੀ ਰਹਿ ਗਏ ਉਹਦੇ ਬਿਲਕੁਲ ਬਿਲਕੁਲ ਇਸ ਕਰਕੇ ਮੈਂ ਇਹ ਗੱਲ ਕਹੂੰਗਾ 4 ਸੀਟਾਂ ਦੇ ਉੱਤੇ ਲਗਭਗ ਜਿਹੜੀ ਲੜਾਈ ਆ ਉਹ ਕਾਂਗਰਸ ਦੀ ਤੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਚ ਹੋਏਗੀ ਜੀ
ਲੇਕਿਨ ਕਾਂਗਰਸ ਆਮ ਆਦਮੀ ਪਾਰਟੀ ਵਾਸਤੇ ਜ਼ਰੂਰੀ ਹੋਊਗੀ ਵੀ ਘੱਟੋ ਘੱਟ ਦੋ ਸੀਟਾਂ ਜ਼ਰੂਰ ਦਿੱਤੇ। ਜੇ ਦੋ ਸੀਟਾਂ ਇਹ ਨਹੀਂ ਦਿੱਤੇ ਤੇ ਫਿਰ ਮੁੱਖ ਮੰਤਰੀ ਦੀ ਜਿਹੜੀ ਮੈਂਬਰ ਹੈਗੀ ਆ ਮੁੱਖ ਮੰਤਰੀ ਸ਼ਿਪ ਤੇ ਸਵਾਲੀਆਂ ਨੂੰ ਸੁਣਨ ਲੱਗੇਗਾ ਜ਼ਰੂਰ। ਉਹ ਤਾਂ ਫਿਰ ਤੁਹਾਨੂੰ ਪਤਾ ਦੂਜੇ ਪਾਸੇ ਤੁਹਾਨੂੰ ਇਹ ਪਤਾ ਹੋਊਗਾ ਵੀ ਕੇਜਰੀਵਾਲ ਸਾਹਿਬ ਰੋਜ਼ 8 ਤੋਂ ਲੈ ਕੇ 10 MLA ਨਾਲ ਗੱਲਬਾਤ ਕਰਦੇ ਨੇ ਦਿੱਲੀ ਸਦਕੇ ਜੀ। ਉਹਨਾਂ ਹਰ MLA ਦਾ ਰਿਪੋਰਟ ਕਾਰਡ ਤਿਆਰ ਕੀਤਾ, ਉਹਨੂੰ ਕਹਿੰਦੇ ਪੜ੍ਹ ਲਾ ਤੇਰਾ ਰਿਪੋਰਟ ਕਾਰਡ ਤੇਰਾ ਹੁਣ ਤੱਕ ਤੂੰ ਕੀਤਾ ਕੀ ਕੁਛ ਕੀਤਾ ਤੇ ਉਹਦਾ ਹਿੱਸਾ ਰੱਖ ਲਿਆ ਕਿਤੇ, ਉਹ ਤਾਂ ਨੀ ਕੰਮ ਕਹੀ ਜਾਂਦੇ। ਉਹਦੇ ਕੋਲ ਪੁੱਛ ਪੜਤਾਲ ਹੁੰਦੀ ਆ ਜੀ, ਇੰਟਰੋਗੇਸ਼ਨ ਹੁੰਦੀ ਆ CIA ਦੀ ਹੈ ਜੀ ਜੀ ਜੀ। ਮਤਲਬ ਮੁੱਖ ਮੰਤਰੀ ਸਾਹਿਬ ਉੱਥੋਂ ਦਿੱਲੀਓ ਵਿਹਲੇ ਹੋ ਗਏ ਨੇ, ਹੁਣ ਸਿੱਧੀ ਕਮਾਂਡ ਪੂਰੀ ਦੀ ਪੂਰੀ ਉਹਨਾਂ ਪੰਜਾਬ ਦੀ ਆਪ ਸੰਭਾਲ ਲਈ ਦਿੱਲੀ ਦੇ ਜੀ। ਉਹਨਾਂ ਦੇ ਇਸ਼ਾਰਿਆਂ ਤੇ ਸਭ ਕੁਛ ਹੁੰਦਾ ਵਾ। ਆਹ ਵੇਖੋ ਗੋਲਡੀ ਰੌਲਾ ਪਾਉਂਦਾ ਨਾ ਦਲਵੀਰ ਗੋਲਡੀ, ਜਿਹਨੇ ਆਪ ਛੱਡ ਦਿੱਤੀ ਫਿਰ ਛੱਡ ਦਿੱਤੀ ਹੈ। ਫਿਰ ਉਹ ਜਿਹੜਾ ਜਿਹੜਾ ਹੈਗਾ ਵਾ ਗੁਰਦੀਪ ਬਾਠ, ਉਹ ਕਹਿੰਦਾ ਮੈਂ ਆਜ਼ਾਦ ਚੋਣ ਲੜੂੰਗਾ ਇੱਥੋਂ, ਠੀਕ ਹੈ। ਇਹਦਾ ਮਤਲਬ ਵੀ ਸਭ ਅੱਛਾ ਨਹੀਂ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ, ਕਿਸੇ ਵੇਲੇ ਵੀ ਕੁਝ ਵੱਡਾ ਕੁਝ ਵਾਪਰ ਸਕਦਾ, ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ ਜੀ ਜੀ। ਚਲੋ ਚੰਗੀ ਗੱਲ ਹੈ ਜੀ, ਕੀ ਬਣਦਾ ਪੰਜਾਬ ਦਾ, ਪੰਜਾਬ ਬਚ ਜੇ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਜੀ। ਹਾਂਜੀ ਹਾਂ, ਸੋ ਬਹੁਤ ਬਹੁਤ ਸ਼ੁਕਰੀਆ ਜੀ ਪੱਟੀ ਸਾਹਿਬ, ਧੰਨਵਾਦ ਜੀ, ਮਿਹਰਬਾਨੀ ਜੀ। ਸੋ ਇਹ ਸਨ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਅਤੇ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ, ਅਤੇ ਜੁੜੇ ਰਹੋ ਤਦ ਤੱਕ ਰੇਡੀਓ ਪੰਜਾਬ ਟੁਡੇ ਦੇ ਨਾਲ। ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਸੋ ਪ੍ਰੋਗਰਾਮ ਸ਼ਮਾਦਾਨ ਇਸੇ ਤਰ੍ਹਾਂ ਜਾਰੀ ਰਹੇ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ੋਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜਿਊਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ, ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 559-964-7787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ।